ਜੀ ਜੀ ਚਾਚਾ ਕੱਪੜੇ ਇਸਤਰੀ ਕਰਦੇ ਜੀ ਤੇ ਜੇ ਮੈਂ ਵੱਟ ਪਵਾਣੇ ਹੋ ਹਾਰਟ ਬੀਟ ਬਹੁਤ ਤੇਜ ਆ ਇਹਦਾ ਇੱਕ ਡਿਮਰ ਲਵਾ ਹੈ ਇੱਥੇ ਕਰਕੇ ਨਾ ਉਹ ਘੱਟ ਵੱਧ ਕਰ ਲਿਆ ਕਰ ਉਹ ਬੇਇੱਜ਼ਤੀ ਠਹਿਰ ਜਾ ਚਾਚਾ ਤਾਂ ਜੇ ਕੋਈ ਸਮਝੀ ਆ ਦੇਖ ਲਾ ਹਕੀਮ ਵਾਲੇ ਨੂੰ ਕਿਹਾ ਕਹਿੰਦਾ ਡਿਮਰ ਲਵਾ ਲਾ ਆ ਹਾਰਟ ਬੀਟ ਤੇ ਨਫਸ ਦਾ ਫੜ ਇਹ ਪ੍ਰੈਂਕ ਕਰਨ ਆਇਆ ਹਕੀਮਾ ਦੇ ਨਾਲ ਪ੍ਰੈਂਕ ਸਾਹਮਣੇ ਕੈਮਰਾ ਲਾਇਆ ਲਓ ਜੀ ਦੁਕਾਨਾਂ ਤੋਂ ਛੱਡ ਕੇ ਬਹਿ ਗਏ ਨੇ ਕੰਮ ਕਰਕੇ ਖੇਤ ਤੇ ਸਵਾਹ ਕਰਨਾ ਜ਼ਿੰਦਗੀ ਬਰਬਾਦ ਦੇ ਮੁਹਤਾਜਗੀ ਹੋਈ ਪਈ ਇੱਧਰ ਆਪਣੀ ਮਾਰਕੀਟ ਬਾਅਦ ਚ ਖੁੱਲਦੀ ਹੈ ਪਹਿਲੇ ਭਾਜੀ ਆ ਜਾਂਦੇ ਆ ਮਤਲਬ ਪਹਿਲੇ ਮੈਂ ਆਵਾਂ ਮਾਰਕੀਟ ਬਾਅਦ ਚ ਖੁੱਲੇ ਉਹ ਭਾਜੀ ਕਿਤੇ ਹੋਰ ਫਿਰੋ ਫੁਰੋ ਇੱਥੇ ਕੀ ਆ ਹੋਰ ਦੇ ਦੇ ਡਰੈਸ ਫੇਰ ਆਉਣਾ ਫਿਰ ਜਦੋਂ ਮੈਂ ਫਿਰਦਾ ਫਿਰ ਕਹਿੰਦਾ ਇੱਥੇ ਕੀ ਫਿਰਨ ਦੇ ਤੁਸੀਂ ਜਾਨੀ ਖਾਨ ਜੀ ਘਰ ਆਈ ਹੈ ਮੇਰੀ ਸੱਸ ਖਰਚਾ ਖੁਰਚਾ ਲਾਓ ਦੇਖੋ ਜੀ ਜਾਨੀ ਖਾਨ ਜੀ ਮਾਰਕੀਟ ਚ ਅਸੀਂ ਕੰਮ ਕਰਦੇ ਨੀ ਤੇ ਭਾਜੀ ਪੈਸਾ ਹੈ ਕੋਈ ਨੀ ਹੁਣ ਦੱਸੋ ਬੱਚੇ ਕਿੱਥੇ ਛੱਡ ਦੇ ਖੁਸ਼ਹਾਲ ਹੋ ਜਾਏਗਾ ਉਹ ਬੋਚੀ ਦੇ ਖੱਤੇ ਆ ਉੱਥੇ ਬਹਿ ਜਾ ਗੁਲਾਬੀ ਥੋਥਾ ਇਹਨਾਂ ਦੇ ਇਹਨਾਂ ਦੇ ਇਹ ਰੱਖ ਦੇ ਉੱਥੇ ਤੇ ਰਾਮ ਵਾਸਤੇ ਆਇਆ ਮੈਂ ਉਹਦੇ ਕੋਲੇ ਪਨੀਰ ਡੋਡੀ ਲੈ ਹੈ ਪਨੀਰ ਡੋਡੀ ਲੈ ਦੇ ਪਨੀਰ ਡੋਡੀ ਖਾਣੀ ਕਾ ਦੇਣਾ ਇਹ ਥੋੜੀ ਨਾ ਹਾਂਜੀ ਕੀ ਭਾਈ ਹਾਂਜੀ ਦੋ ਕਟੋਰੀਆਂ ਮੈਨੂੰ ਵੀ ਦੇ ਦੇ ਜਰਾ ਮੇਰੀ ਵੀ ਤਬੀਅਤ ਸਹੀ ਨਹੀਂ ਯਾਰ ਇਹ ਆਪਣੇ ਮੀਆਂ ਨਹੀਂ ਮੀਆਂ ਕਾਸਮ ਸਾਹਿਬ ਹਾਂ ਇਹ ਉਹਨਾਂ ਦੀ ਡੋਡੀ ਹੈ ਮੀਆਂ ਸਾਹਿਬ ਦੀ ਮੀਆਂ ਦੀ ਡੋਡੀ ਇਹਨੂੰ ਪਰੇ ਰੱਖ ਦੇ ਦੇ ਯਾਰ ਕੁਛ ਮੈਨੂੰ ਦੇ ਦੇ ਓਏ ਇਧਰ ਆ ਮੈਂ ਦਵਾਂ ਤੈਨੂੰ ਇਧਰ ਆ ਨਹੀਂ ਨਹੀਂ ਮੈਂ ਦਵਾਂ ਤੈਨੂੰ ਹਾਰਟ ਬੀਟ ਤੇਜ਼ ਆ ਹਾਰਟ ਬੀਟ ਹਾਂਜੀ ਬਹਿ ਜਾ ਇੱਥੇ ਯਾਰ ਇੱਕ ਮਿੰਟ ਉਹ ਤੂੰ ਹਕੀਮ ਆ ਤੇ ਬਸੇਰਾ ਕਰਾ ਪਹਾੜਾਂ ਕੀ ਚਿੱਟਾ ਨਾ ਪਾ ਨਹੀਂ ਤੂੰ ਉੱਠ ਕੇ ਕੋਈ ਗੱਲਬਾਤ ਕਰ ਕੋਈ ਹਕੀਮ ਆ ਤੂੰ ਕੁੰਡੀ ਡੰਡਾ ਫੇਰ ਕੋ ਕੰਮ ਕਰ ਤੇ ਉੱਧਰ ਬਹਿ ਜਾ ਕੇ ਚੱਲ ਸ਼ਾਬਾਸ਼ ਚੱਲ ਚੱਲ ਓ ਯਾਰ ਚਾਹ ਦਾ ਮੈਂ ਪਿਆ ਓਏ ਅੱਛਾ ਜੀ ਇਹ ਕਹਿੰਦੇ ਨੇ ਮੇਦੇ ਚੋਂ 1000 ਬਿਮਾਰੀ ਲੱਗਦੀ ਆ ਜੀ ਠੀਕ ਆ ਜੀ ਆ ਸਾਰੇ ਭਾਜੀ ਤੇ ਸਾਈਡ ਤੇ ਲਾਈਨ ਬਣਾ ਲਓ ਅੱਗੇ ਕੋਈ ਨਾ ਆਵੇ ਠੀਕ ਹੈ ਮੇਦੇ ਚ 1000 ਬਿਮਾਰੀ ਮੇਦੇ ਤੋਂ ਲੱਗਦੀ ਆ ਏ ਏ ਮੇਦਾ ਹੈ ਇੱਧਰ ਬਾਜੀ ਕਿ ਇੱਧਰ ਬਾ ਮੇਦਾ ਐ ਮੇਦਾ ਹੁੰਦਾ ਇੱਥੇ ਅੱਛਾ ਓਏ ਤੂੰ ਕੀ ਖਾਣਾ ਓਏ ਮੇਦਾ ਇਸ਼ਕ ਵੀ ਤੂੰ ਪਰੇ ਕਰ ਥੱਲੇ ਕਰ ਉੱਤੇ ਕਰ ਇੱਧਰ ਰੱਖ ਥੱਲੇ ਕਰ ਇੰਜ ਕਰ ਲਓ ਜੀ ਓਏ ਮੇਦਾ ਹਮੇਸ਼ਾ ਚੈੱਕ ਕਿੱਦਾਂ ਕਰਨਾ ਜਰਾ ਦੇਖ ਲਓ ਬਾਜੀ ਥੋੜਾ ਸਾਰਾ ਪੈਸੇ ਕੱਢ ਕੇ ਅੱਜ ਫੜ ਲਓ ਇਹ ਦੇਖੋ ਇੱਧਰ
ਅੱਛਾ, ਇਹ ਮੇਦੇ ਦਾ ਕੁੰਡਾ ਖੜਕਾ ਰਹੇ ਹੋ? ਡੱਕਾ ਲੱਗਾ ਲੱਗਦਾ ਇਹ ਤੇਰਾ ਕੰਮ ਆ। ਨਹੀਂ ਨਹੀਂ ਹੁਣ ਜਦੋਂ ਤੁਸੀਂ ਹੱਥ ਪਾ ਲਿਆ ਕਰੋ ਇੱਥੇ ਡੱਕਾ ਲੱਗਾ ਲੱਗਦਾ ਟਾਊਨਸ਼ਿਪ ਸਸ ਵੀ ਹੋਏ ਆ ਟਾਊਨ ਸਸ ਹਾਂ ਪਰੇ ਕਰ ਉਧਰ ਹਾਂ ਜੋ ਬਈ ਇਹਦੇ ਨਾਲ ਕਮ ਅਜ਼ ਕਮ ਇਹ ਵਾਪੀ ਦੁਕਾਨ ਭਰੀ ਭਰੀ ਲੱਗਣ ਦੀ ਹੈ ਕਿਤੇ ਨੀਂਦ ਪੂਰੀ ਕਰਨ ਆਇਆ ਬਹਾਨਾ ਲਾ ਕੇ ਇਹ ਮਰੀਜ਼ ਮਰੂਜ਼ ਕੋਈ ਨੀ ਨਾ ਹਕੀਮ ਤਕਲੀਫ ਆ ਤੈਨੂੰ ਉੱਠ ਤਾਂ ਕੇ ਉੱਥੇ ਜਾ ਕੇ ਫੈਸਲੇ ਪੁੱਛਲੇ ਕਰ ਮੇਰੀ ਦੁਕਾਨ ਨਾ ਖਰਾਬ ਕਰੋ ਹੈਲੋ ਓਏ ਮੇਰਾ ਮਰੀਜ਼ ਦਾ ਨਾ ਕਰ ਮੇਦੇ ਦਾ ਟੋਚਨ ਲਾਇਆ ਹਾਂਜੀ ਉਹਨੂੰ ਉਹਨੂੰ ਵਾਈਫਾਈ ਦੇ ਥਰੂ ਜਾ ਰਿਹਾ ਮੇਰੀ ਤਾਕਤ ਉੱਠੋ ਤਾਂ ਕਿਹਦੀ ਆ ਜਾਨੀ ਸਾਹਿਬ ਮੇਦਾ ਮੇਰਾ ਲੱਤ ਲਾ ਕੇ ਤੋਰ ਦਿਓ ਤੁਹਾਡੀ ਮਿਹਰਬਾਨੀ ਫਰਕ ਨੀ ਪਿਆ ਇੱਕ ਥੋੜਾ ਪਰਨੂੰ ਜਰਾ ਆ ਦੇਖੀ ਵੀ ਕਿੰਨਾ ਫਰਕ ਪਿਆ ਹੁਣ ਆ ਦੇਖੀ ਕੀ ਹੋ ਗਿਆ ਇੱਕ ਡੇਢ ਚਾਰ ਹੋਣਾ ਇੰਨਾ ਫਰਕ ਪਿਆ ਬਾਸ ਵੇ ਠੀਕ ਤੇਰੀ ਨਾ ਨਾਫ ਨਾਫ ਨਹੀਂ ਸਹੀ ਹਾਂਜੀ ਨਾਫ ਤੇਰੀ ਨਾਪਣਾ ਲਈ ਉਰੇ ਆ ਮੈਂ ਨਾਪਾ ਨਾਫ ਲੋ ਜੀ ਉਰੇ ਉੱਠ ਕੇ ਖਲੋ ਧਾਗਾ ਦੇ ਯਾਰ ਇਧਰ ਉੱਠ ਕੇ ਖਲੋ ਉੱਠ ਕੇ ਖਲੋਣਾ ਇਧਰ ਆ ਇਧਰ ਵੇ ਹੁਣ ਕੀ ਦਿਆ ਵਾ ਯਾਰ ਹਕੀਕਤ ਇੱਥੇ ਖਲੋ ਸਿੱਧਾ ਸਿੱਧਾ ਪੈਰ ਨਾਲ ਜੋੜ ਧੁਨੀ ਦੇ ਹੱਥ ਰੱਖ ਧੁਨੀ ਦਾ ਉਂਗਲ ਰੱਖ ਕਿੱਥੇ ਹੈ ਕਿੱਥੇ ਗਈ ਉੱਥੇ ਆਈ 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 ਉੱਥੇ ਦੇਖੀ ਯਾਰ ਧੁਨੀ ਤੇ ਨਹੀਂ ਦੇਖ ਪਈ ਸਾਡੀ ਹੈਗੀ 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 ਚੱਲ ਛੱਡ ਦੇ ਓਏ ਉਸਤਾਦ ਜੀ ਇੰਨਾ ਫਰਕ ਆ ਤੈਨੂੰ ਨਾਫ ਪਈ ਆ ਇੰਜ ਕਰ ਥੱਲੇ ਕਰ ਅੱਗੇ ਹੋ ਜਦੋਂ ਮੈਂ ਤਿੰਨ ਗਿਣਾ ਨਾ ਢਿੱਲਾ ਛੱਡ ਜਿਸਮ ਨੂੰ ਇੱਕ ਦੋ ਹਾਂ ਇੱਕ ਮਿੰਟ ਠਹਿਰ ਜਾ ਧੁਨੀ ਦੀ ਉਂਗਲ ਰੱਖ ਧੁਨੀ ਪਿੱਛੇ ਹੁੰਦੀ ਆ ਛੱਡ ਦੇ ਲਓ ਜੀ ਪੂਰਾ ਓਕੇ ਹੋ ਗਿਆ ਲਓ ਜੀ ਓਕੇ ਹੋ ਗਿਆ ਚਲੋ ਅੱਛਾ ਜੀ ਹਾਂਜੀ ਤੁਸੀਂ ਵੀ ਕੋਈ ਚੈੱਕਅਪ ਕਰਾਉਣਾ ਤੇ ਆਏ ਨੇ ਡਾਕਟਰ ਸਾਹਿਬ ਫਿਰ ਉਹਨਾਂ ਕੋਲ ਟਾਈਮ ਨਹੀਂ ਹੋਣਾ ਹਕੀਮ ਸਾਹਿਬ ਕੰਮ ਸਿੱਖਿਆ ਵਾ ਸਿੱਖਿਆ ਕਹਿੰਦਾ ਦਵਾਈਆਂ ਦੇ ਨਾਲ ਇਲਾਜ ਕਰੀਦਾ ਧੁਨੀ ਐ ਕਰ ਦਿੱਤੀ ਉਹ ਕਰ ਦਿੱਤੀ ਨਾਫ ਜਿਹੜੀ ਪੈਂਦੀ ਆ ਉਹਦੇ ਦੋ ਤਰੀਕੇ ਹੁੰਦੇ ਆ ਅੱਛਾ ਜੀ ਜਾਂ ਇਹਦਾ ਕੜਲ ਕਰਕੇ ਜਾਂ ਫਿਰ ਦਮ ਹੁੰਦਾ ਨਾਫ ਦਾ ਦਮ ਵੀ ਕਰ ਲੈਣਾ ਮੈਂ ਬਲਕਿ ਮੈਂ ਇੱਕ ਦਮ ਵੀ ਕਰ ਲੈਣਾ ਭਾਜੀ ਮੈਨੂੰ ਇਦਾਂ ਕਿਉਂ ਲੱਗਦਾ ਮੈਂ ਪਹਿਲੇ ਤੰਦਰੁਸਤ ਸੀਗਾ ਏਦਾਂ ਹੀ ਹੁਣ ਤੈਨੂੰ ਲੱਗਣਾ ਕਿਉਂਕਿ ਤੇਰਾ ਨਿਜ਼ਾਮ ਦਰਮ ਬਰਮ ਕਰਕੇ ਸੈੱਟ ਕੀਤਾ ਬੱਚਿਆ ਹੁਣ ਦੋ ਦਿਨ ਲੱਗਣੇ ਤੈਨੂੰ ਤੇਰਾ ਵਾਪਸ ਆਉਂਦੇ ਆ
ਤੈਨੂੰ ਉਹਦੀ ਆਦਤ ਪੈ ਗਈ ਸੀ ਅਨਬੈਲੈਂਸ ਢਿੱਡ ਦੀ। ਅੱਛਾ ਜੀ। ਹਾਂਜੀ ਹੁਣ ਬੈਲੈਂਸ ਹੋਇਆ, ਤੈਨੂੰ ਇੱਕ ਦੋ ਦਿਨ ਲੱਗਣੇ ਨੇ। ਲਓ ਫਿਰ ਮੈਂ ਦੋ ਦਿਨ ਬਾਅਦ ਆਊਂਗਾ ਦੁਕਾਨ ਤੇ। ਬਹਿ ਜਾ ਇੱਥੇ ਦੋ ਦਿਨ ਬਾਅਦ, ਦੋ ਦਿਨ ਮੈਂ ਬਹਿਣਾ ਇੱਥੇ, ਬਹਿ ਜਾ। ਦੇਖਣਾ ਵੀ ਅੱਖਾਂ ਤੇ ਧੁੰਦਲਾ ਧੁੰਦਲਾ ਆ ਜਾਂਦਾ, ਸਾਹਮਣੇ ਬੋਰਡ ਲੱਗਾ ਨਾ, ਮੈਂ ਉਹ ਪੜ੍ਹਨ ਦਾ ਕੋਸ਼ਿਸ਼ ਕਰਨਾ ਵਾ, ਉਹ ਪੜ੍ਹਿਆ ਨਹੀਂ ਜਾਂਦਾ। ਲਓ ਹਕੀਮ ਆਪ ਜੇ ਦੱਸ ਪੈ ਗਈ ਨਾ ਲੋੜ ਫਿਰ। ਅੱਛਾ ਯਾਨੀ ਦੂਰੋਂ ਤੈਨੂੰ ਸਹੀ ਨਹੀਂ ਪੜਿਆ ਜਾਂਦਾ? ਨਹੀਂ। ਉਰਿਆ ਦੋ ਮਿੰਟ ਚ ਇਲਾਜ ਕਰਦੇ ਆ, ਇੱਕ ਮਿੰਟ ਚ। ਉਰਿਆ ਇੱਧਰ ਆ ਇੱਥੇ। ਅੱਛਾ ਅੱਛਾ ਤਾਜ ਦੇ ਥੱਲੇ ਪੜਿਆ ਜਾ ਰਿਹਾ ਕੁਛ, ਥੋੜਾ 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 ਪੜਿਆ, ਧੁੰਦਲਾ। ਹਾਂ ਧੁੰਦਲਾ। ਲੈ ਠੀਕ ਕਰਦੇ ਆ। ਹਾਂ ਮੰਨੇ। ਹਾਂ ਅੱਗੇ ਆ ਹੁਣ ਪੜ। ਚਾਚਾ ਤਾਜ ਕਾਨੂੰਨ ਦਾਨ ਬੁੱਕ ਡਿਪੋ ਲਿਆ 1000 ਰੁਪਈਆ। ਵਾਹ ਵਾਹ ਮੈਡੀਕਲ ਫੇਲ ਕਰਤੀ ਆ, ਵਾਹ ਵਾਹ ਕਿਆ ਕਹਨੇ। ਇਹਨੂੰ ਕਹਿੰਦੇ ਨੇ ਬੇਟੇ ਇਹ ਹੱਥਾਂ ਚ ਸ਼ਿਫਾ ਵਾ, ਐਵੇਂ ਨੀ ਆ ਗਈ ਯਾਰ। ਇਹਨੇ ਦਵਾਈ ਵੀ ਨੀ ਦਿੱਤੀ ਤੇ ਮੈਨੂੰ ਸਹੀ ਨਜ਼ਰ ਵੀ ਆਉਣ ਲੱਗ। ਇਹ ਜਾਨੀ ਕਾ ਪੈਸੇ ਦੇ ਰਿਹਾ, ਪੈਸੇ ਕੱਢ 1000। ਹੈਨੀ ਹੈਨੀ ਪੈਸੇ, ਚੱਲਦਾ ਉੱਠ ਜਾ ਇੱਥੋਂ। ਨਹੀਂ ਦੇਣੇ, ਨਹੀਂ ਦੇਣੇ। ਇਹ ਕੀ ਸ਼ਕੀਰਾ ਦੇ ਦਰਦ ਕਹਿ ਰਿਹਾ? ਦਰਦ ਸ਼ਕੀਰਾ ਇਹ ਤੂੰ ਨਾ ਵਕਾ ਵਕਾ ਦਮ ਕਰਾ। ਉਰਿਆ ਪੜ ਇੱਥੋਂ, ਹੁਣ ਨਹੀਂ ਨਾ ਪੜਿਆ ਜਾ ਰਿਹਾ। ਇੱਕ ਮਿੰਟ ਨਹੀਂ ਪੜਿਆ ਜਾ ਰਿਹਾ ਬੇਟਾ, ਹੁਣ 1000 ਦੇਗਾ ਤੇ ਫੇਰ ਪੜਿਆ ਜਾਏਗਾ ਵਾਪਸ। ਗੱਲ ਸੁਣ, ਉਹ ਮੈਂ ਵਾਪਸ ਕਰਦਾ ਦਾ। ਉਹ ਗੱਲ ਸੁਣ ਯਾਰ, ਪੈਸੇ ਮੈਂ ਦੇ ਦੇ ਚਾਚਾ, ਤਾਂ ਦੇਈ 1000 ਰੁਪਈਆ ਯਾਰ, ਮੇਰੀ ਨਜ਼ਰ ਦਾ ਮਸਲਾ ਠੀਕ ਹੋਣ ਡਿਆ। ਮੈਂ ਆਪਣੀ ਖੰਗ ਠੀਕ ਕਰਾਉਣ ਲਈ 1000 ਲਈ ਫਿਰਨ ਦੇ ਭਾਜੀ। ਮੈਂ ਜਦੋਂ 1000 ਹੋਊ ਉਦੋਂ ਕਰਾ ਲਈ। ਲੈ ਵੀ ਹਕੀਮ ਬਾਦਸ਼ਾਹ, ਹਾਂ ਇੱਕ ਇਲਾਜ ਮੇਰਾ ਵੀ ਕਰ। ਉਹ ਠੀਕ ਆ, ਲੇਕਿਨ ਉਹਨੂੰ ਲਿਆਉਣਾ ਪੈਣਾ ਵਾ। ਮੈਂ ਨਬਸ ਦੇਖਾਂਗਾ ਤੇ ਫੇਰ ਮੈਂ ਦੱਸਾਂਗਾ। ਓਏ ਆਪਣਾ ਕਹਿਣ ਡਿਆ ਵਾ। ਓਹੋ ਆਪਣੀ ਗੱਲ ਕਰਨ ਡਿਆ ਮੋਹਤਰਮ ਫਕੀਰ। ਤੂੰ ਤੇ ਹੱਟਾ ਕੱਟਾ ਵਾ। ਨਹੀਂ ਇਹਨੇ ਹੱਟਾ ਐਵੇਂ ਕਿਹਾ, ਤੂੰ ਕੱਟਾ ਹੀ ਹੈ। ਕੀ ਮਸਲਾ ਤੈਨੂੰ? ਮੈਨੂੰ ਇੱਕ ਬਜ਼ੁਰਗ ਟਕਰਿਆ ਨੇ ਕਹਾ ਤੇਰੀਆਂ ਚਪੜੀਆਂ ਪੀੜੀਆਂ, ਤੈਨੂੰ ਜਰਕਾਨ। ਨਹੀਂ ਤੂੰ ਬਜ਼ੁਰਗ ਦੇ ਅੱਗੇ ਚਪੜੀਆਂ ਐ ਕਰਕੇ ਫਿਰਦਾ ਰਿਹਾ। ਇਹ ਕਿਹੜਾ ਬਜ਼ੁਰਗ? ਪਾਣੀ ਲਾਉਣ ਗਿਆ ਮਰਬੇ। ਇਹਦੀ ਵਜ੍ਹਾ ਦੱਸ ਤੇ ਹੁਣ ਪਤਾ ਲੱਗ ਜੂ ਕੀ ਇਲਾਜ। ਦੱਸੋ ਦਾਗੀਆਂ ਦਾ ਪਤਾ ਹੋਣੀ ਭਾਈ। ਜਾਂ ਤਾਂ ਤੈਨੂੰ ਇਹ ਤਕਲੀਫ ਹੈ ਤਾਂ ਫਿਰ ਤੂੰ ਇਲਾਜ ਕਰਾਂ, ਐਵੇਂ ਸਵਾਲ ਜਵਾਬ। ਚਾਚੇ ਖਾਂ ਵਿੱਚ ਬੋਲਣਾ, ਕਿਉਂਕਿ ਇਹਨੇ ਅੱਗੇ ਇਲਾਜ ਕੀਤਾ, ਮੈਨੂੰ ਕੁਛ ਨਾ ਕੁਛ ਯਕੀਨ ਹੋਇਆ। ਇਹਦਾ ਵੀ ਪਤਾ ਲੱਗ ਜੂਆ, ਜਿਹੜੇ ਭਾਉ ਆਉਂਦੇ ਬਹਿ ਕੇ ਖਲੋ ਕੇ, ਜਦੋਂ ਇੰਜ ਬੰਦਾ ਖਲੋਂਦਾ ਨਾ ਬਹਿ ਕੇ ਉੱਠਦਾ, ਉਦੋਂ ਐ ਭਾਉ ਆਉਂਦੇ। ਇਹ ਜਾਨੀ ਸਾਹਿਬ ਇਹਨੂੰ ਇਲਾਜ ਨੂੰ ਕੋਈ ਨਹੀਂ ਆਉਂਦੇ, ਤੁਹਾਡੇ ਕੋਲ ਸੁਣ ਕੇ ਆਪ ਇਲਾਜ ਕਰਨਾ ਚਾਹੁੰਦਾ ਵਾ। ਮੇਰੇ ਕੋ ਇਹ ਇਲਮ ਖੋਣਾ ਚਾਹ ਰਿਹਾ, ਮੈਨੂੰ ਬੜੇ ਮਿਲਦੇ, ਇਦਾਂ ਦੇ ਮੈਨੂੰ ਬੜੇ ਮਿਲਦੇ ਨੇ। ਤੁਸੀਂ ਚੁੱਪ ਕਰਕੇ ਬਹਿ ਜਾਓ ਬਸ। ਲੋਕਾਂ ਦੇ ਬੇੜੇ ਗਰਕ ਕਰਦਾ, ਤਬਾਹੀਆਂ ਮਚਾਉਂਦਾ, ਉਹ ਮੇਰਾ ਇਲਾਜ ਤੇਰੇ ਕੋਲ ਹੋਇਆ ਨੀ। ਜਾਨੀ ਸਾਹਿਬ ਦੀ ਮਿਹਰਬਾਨੀ, ਉਹਨੇ ਇਲਾਜ ਕਰਤਾ। ਯਾਰ ਚਾਚੇ ਹੁਣ ਕਿਹਾ ਸੀ ਯਕੀਨ, ਮੈਂ ਕੀ ਕਿਹਾ ਵਾ ਯਾਰ। ਉਹਨੂੰ ਬਣਾ ਲੈਣ ਦਿਓ ਚਾਹ ਯਾਰ, ਵਿਚਾਰੇ ਨੂੰ ਉਹਦਾ ਧਿਆਨ ਚਾਹ ਲਾ। ਮੈਨੂੰ ਵੀ ਇੱਕ ਬੋਤਲ ਆ ਇਦਾਂ। ਹਾਂ ਚਾਚਾ ਮੈਨੂੰ ਕਦੀ ਧਰਨ ਨਹੀਂ ਪਈ, ਮੈਂ ਚੈੱਕ ਕਰਾਣੀ ਮੇਰੇ ਚ ਧਰਨ ਹੈ ਕਿ ਨਹੀਂ। ਉਹ ਛੱਡ ਦੇ ਤੂੰ, ਤੂੰ ਬਿਮਾਰੀਆਂ ਨਾ ਤੇਰਾ ਇੱਥੇ ਹੀ ਬੱਚਾ ਬਣਾਈ ਜਾ, ਤੇਰਾ ਇਹੀ ਧਰਨ ਜੀਣਾ। ਹਾਂ ਇੱਥੇ ਪੀ ਪਰ ਧਰਨ ਨਹੀਂ ਜੀ, ਇਹਨੂੰ ਧਰਨ ਦਾ ਸ਼ੱਕ।
ਆਪਣੀ ਅੰਮੀ ਨੂੰ ਕਹਿ ਕੇ 11 ਵਾਰੀ ਸਵੇਰੇ ਉੱਠ ਕੇ ਕਹਿ ਮੇਰੇ ਧਰਨ ਅਰਜੁਨ ਆਏਗੇ, ਤੂੰ ਰਾਮ, ਤੈਨੂੰ ਰਾਮ ਆ ਜਾਣੇ, ਤੈਨੂੰ ਧਰਨ ਮਿੱਟੀ ਚੜੀ ਆ, ਹੋਰ ਗੱਲ ਕੋਈ ਨੀ। ਜਾਨੀ ਖਾਂ, ਮੈਂ ਨਾ ਸਵੇਰੇ ਜਦੋਂ ਉੱਠਦਾ ਨਾ ਅਕਸਰ, ਤੇ ਮੇਰੇ ਆਹ ਚੀਜ਼ ਜਿਹੜੀ ਨਾ ਪਿੱਛੇ, ਹਾਂ ਘਰ ਚ ਕੋਈ ਬਜ਼ੁਰਗ ਹੈ, ਬਜ਼ੁਰਗ ਹੈ, 29 ਦਿਨ ਉਹਦੇ ਨਾਲ ਬਦਤਮੀਜ਼ੀ ਕਰਨੀ, 29 ਦਿਨ 24 ਘੰਟੇ ਕੋਈ ਟਾਈਮ ਵਿੱਚ ਹੋਵੇ, ਨਹੀਂ ਨਹੀਂ ਇੱਕ ਟਾਈਮ ਰੱਖ ਲੈਣਾ, ਸੇਮ ਉਸੇ ਟਾਈਮ ਰੋਜ਼ ਕਰਨੀ 29 ਦਿਨ। ਪੇਟ ਨਾ ਰੱਜਿਆ ਹੋਵੇ ਨਾ ਬਹੁਤਾ ਖਾਲੀ ਹੋਵੇ, ਦਰਮਿਆਨੇ ਜੇ ਪੇਟ ਚੋਂ ਨਾ ਬਦਤਮੀਜ਼ੀ ਕਰਨੀ, ਅਗਰ ਉਹ ਕੋਈ ਚੰਡ ਮਾਰ ਦੇਵੇ ਤੇ 2 ਮਾਰਨੀਆਂ ਨੇ। ਏ ਜਾਨੀ ਸਾਹਿਬ, ਆ ਚਕੀਕਾ ਜਿਹੜਾ ਦਰਦ ਹੁੰਦਾ ਤੇ ਚਕੀਕਾ ਦਾ ਇਹਦਾ ਕੀ ਹੱਲ ਵਾ? ਚਕੀਕਾ ਦਰਦ ਤੂੰ ਆਪਣਾ ਫਿਰ ਬਜ਼ੁਰਗ ਕਤਲ ਕਰਦੇ ਹੈ? ਨਹੀਂ ਨਹੀਂ ਓ ਯਾਰ, ਉਹ ਸਹੀ ਇਲਾਜ ਦੱਸਣ, ਇਹਦਾ ਕੀ? ਸ਼ਕੀਰਾ ਹੁੰਦਾ ਵਾ, ਆਹ ਸ਼ਕੀਰਾ ਦਾ ਜਿਹੜਾ ਦਰਦ ਵਾ, ਹਾਂ ਉਹ ਇਹਦਾ ਕੀ ਹੱਲ ਵਾ? ਕਿਹੜੀ ਸਾਈਡ ਤੇ ਹੁੰਦਾ ਵਾ? ਇਹ ਸਾਈਡ ਤੇ, ਇਹਨੂੰ ਨਹੀਂ ਹੁੰਦਾ, ਜਿਹਨੂੰ ਹੁੰਦਾ ਉਹ ਤਾਂ ਫੌਰਨ ਕਹਿੰਦਾ ਇੱਧਰ, ਐਨੇ ਸੋਚਿਆ ਕਿਉਂ? ਨਹੀਂ ਓਹੋ, ਮੈਂ ਦੇਖਿਆ ਸੀ ਵੀ ਹੁੰਦਾ ਦੋਵਾਂ ਸਾਈਡਾਂ ਤੇ, ਇਸ ਟਾਈਮ ਇਸ ਸਾਈਡ ਤੇ ਹੁੰਦਿਆ ਵਾ। ਤੇਰੇ ਦਿਮਾਗ ਦਾ, ਤੇਰਾ ਦਿਮਾਗ ਮੋਨੋ ਹੋ ਗਿਆ। ਹਾਂਜੀ, ਇਹ ਦਿਮਾਗ ਸਟੀਰੀਓ ਹੁੰਦਾ ਵਾ, ਲੈਫਟ ਰਾਈਟ ਸੁਣਦਾ, ਇਹਦੀ ਦਿਮਾਗ ਦੀ ਇੱਕ ਸਾਈਡ ਉੱਡ ਗਈ ਆ। ਅੱਛਾ ਜੀ, ਹਾਂਜੀ, ਦਰਦ ਵਾਲਾ ਸਿਸਟਮ ਦਾਮਨ ਭਰਦੇ ਮੇਰਾ ਹੋ ਗਿਆ, ਯਕਦਮ ਜਾਨੀ ਬੈਟਰੀ ਡਿੱਗ ਜਾਂਦੀ, ਹੁਣ ਸਿਰਫ ਇਹ ਦੀ ਚੀਜ਼ ਰਹਿ ਗਈ। ਹਾਂ, ਆਸਤਾ ਆਸਤਾ ਕਰਕੇ ਆਪਣਾ ਖਤਮ ਹੋ ਰਿਹਾ ਹੈ। ਇਹ ਕੀ ਸ਼ਕੀਰਾ ਦੇ ਦਰਦ ਕਹਿ ਰਿਹਾ? ਦਰਦੇ ਸ਼ਕੀਰਾ, ਇਹ ਤੂੰ ਨਾ ਵਕਾ ਵਕਾ ਦਮ ਕਰਾ। ਅੱਛਾ, ਜਦੋਂ ਸਾਰਾ ਖਾਨਦਾਨ ਅਸੀਂ ਬਹਿ ਕੇ ਨਾਸ਼ਤਾ ਕਰਨੇ ਆ ਜੀ, ਤੇ ਉਦੋਂ ਨਾ ਮਤਲਬ ਕਿ ਪਤਾ ਨਹੀਂ ਕਿਉਂ ਸਾਡੀ ਲੜਾਈ ਹੋ ਪੈਂਦੀ। ਜਾਨੀ ਖਾਂ, ਇਹਦਾ ਹੱਲ ਦੱਸ ਕੋਈ? ਆ ਅਸਲ ਦੇ ਵਿੱਚ ਰੌਲਾ ਇਹ ਆ ਕਿ ਜਦੋਂ ਤੁਸੀਂ 4 ਜਣੇ 5 ਜਣੇ ਹੁੰਦੇ ਹੋ, 7-8 ਜਣੇ ਕਿਸੇ ਦਿਨ ਨਾ ਇਕੱਲੇ ਇਕੱਲੇ ਬੰਦੇ ਦੀ ਇੱਕ ਇੱਕ ਬੋਟੀ ਚਨੇ ਵਾਲੇ ਨੂੰ ਕਹਿਣਾ ਕਿ ਲੈਦਾ ਲੈਦਾ ਪਾ ਦੇ, ਲੜਾਈ ਨਹੀਂ ਹੋਏਗੀ। ਜਦੋਂ ਇੱਕ ਬੋਟੀ ਤੇ 6 ਜਵਾਨੀਆਂ, ਇੱਕ ਤੇ ਜਵਾਨੀਆਂ 6 ਤੇ ਬੋਟੀ 1, ਤੇ ਲੜਾਈ ਹੋਣੀ ਆ। ਇਹ ਨਾਨ 4 ਵੱਧ ਲੈ ਆਇਆ ਕਰੋ, ਇਹ ਜਾਂਦੀ ਲੜਾਈ। ਇਹ ਜਾਨੀ ਸਾਹਿਬ ਬੋਟੀ ਤੋਂ ਨਹੀਂ ਲੜਦੇ, ਇਹ ਤੇ ਆਂਡੇ ਤੋਂ ਲੜ ਪੈਂਦੇ ਆ। ਵੀ ਮੈਂ ਦੇਣਾ, ਉਹ ਕਹਿੰਦਾ ਮੈਂ ਦੇਣਾ, ਨਹੀਂ ਨਹੀਂ ਇਹ ਮੇਰਾ ਵਾ। ਹਾਂ, ਪੜ੍ਹੀ ਲਿਖੀ ਫੈਮਿਲੀ ਆ, ਬਦਤਮੀਜ਼ੀ ਨਹੀਂ ਕਰਨੀ, ਸਮਝ ਆਈ? ਮੇਰਾ ਵੱਡਾ ਭਰਾ ਜਿਹੜਾ ਵਾ ਉਹ ਮਾਸ਼ਾਅੱਲਾ ਪ੍ਰੋਫੈਸਰ ਹੋ ਚੱਲਾ, ਉਹ ਮੇਰਾ ਵੱਡਾ ਭਰਾ ਦਿਮਾਗ ਵੀ ਹਿੱਲ ਗਿਆ, ਝੂਠ ਬੋਲੀ ਜਾਂਦਾ ਵਾ, ਓਏ ਆ ਜਾਂਦਾ ਗਾਹਕ, ਆ ਜਾਂਦਾ ਗਾਹਕ। ਅੱਛਾ ਹਕਮਤ ਦੇ ਬਾਦਸ਼ਾਹ, ਮੈਂ ਇੱਕ ਸਵਾਲ ਪੁੱਛਣਾ ਜੀ, ਮੇਰਾ ਇੱਕ ਮਾਮਾ ਵਾ, ਉਹਦੇ ਕੰਨ ਤੇ ਫਲੈਰੀ ਹੋ ਗਈ ਆ। ਉਹਦੀ ਕੰਧ ਤੇ? ਹਾਂਜੀ, ਕੰਨ ਤੇ ਯਾਰ, ਉਹ ਕੰਧ ਤੇ ਦੀਵਾਰ ਤੇ ਲੈ, ਉਹਦਾ ਹੁਣ ਕੀ ਹਾਲ ਆ? ਬਹੁਤ ਪਰੇਸ਼ਾਨ ਆ ਲੋਕੀ ਉਹਨੂੰ ਹੁਣ, ਉਹਦੇ ਤੇ ਦੁੱਧ ਰੋੜ ਕੇ ਉੱਤੇ ਮੱਛੀ ਮਾਲ, ਕੰਧ ਤੇ, ਤੇ ਫਲੈਰੀ ਕਿੱਥੇ ਹੋਈ? ਕੰਧ ਤੇ, ਤੇ ਮੱਛੀ ਮੈਨੂੰ ਮਾਲ ਦੇ। ਮੈਂ ਨਾ ਦੱਸਣ ਲੱਗਾ ਸੀ ਵੀ ਵਾਈਟ ਸੈੱਲ ਵੀ ਮੇਰੇ ਡਾਕਟਰ ਨੇ ਕਿਹਾ ਥੋੜੇ ਘੱਟ ਆ। ਹਾਂ, ਉਹ ਤੂੰ ਪਰਦਾ ਹੀ ਕਰ ਜਾ, ਜਿੰਨੀਆਂ ਤੇਰੀ ਬਿਮਾਰੀਆਂ ਮਾ। ਆਹੋ ਯਾਰ, ਕੋਈ ਜੀ ਤਾਂ ਕਰ ਜਾ ਪਰਦਾ। ਮੈਂ ਹੁਣ ਬਾਹਰ ਜਾਊਂਗਾ ਤੇਰੇ ਵਾਸਤੇ, ਉੱਥੋਂ ਮੈਂ ਜੈਨੂਇਨ ਵਾਈਟ ਸੈੱਲ ਲੈ ਕੇ ਆਵਾਂਗਾ, ਨਾਲ ਉਹਨਾਂ ਦਾ ਚਾਰਜਰ ਵੀ ਰੀਚਾਰਜੇਬਲ ਲੈ ਕੇ ਆਵਾਂਗਾ। ਓਏ ਹਾਂ, ਲੈ ਦੇ ਕੀ ਤੂੰ ਉਹਨੂੰ ਨਾ ਤਾਰ ਲੈ ਲੈਣੀ ਆ ਮੂੰਹ ਚ ਚਾਰਜਰ ਦੀ, ਤੇਰੇ ਬਾਡੀ ਚ ਜਿੰਨੇ ਵਾਈਟ ਸੈੱਲ ਨੇ ਉਹ ਸਾਰੇ ਚਾਰਜ ਕਰ ਦੇਗਾ। ਬਸ ਠੀਕ ਹੈ, ਨਹੀਂ ਤਾਂ ਪਹਿਲੇ ਇੱਕ ਵਾਰ ਬੈਟਰੀ ਨਾਲ ਤਾਰਾਂ ਲਾ ਕੇ ਇਹਦੇ ਨਾਲ ਲਾ ਕੇ ਵੇਖ। ਹਾਂ ਹਾਂ, ਇਹ ਯਾਨੀ ਸਾਹਿਬ
ਇਹ ਜਿਹੜਾ ਯਕਦਮ ਤੁਸੀਂ ਇਹ ਬਹਿ ਕੇ ਉੱਠਦੇ ਅੱਖਾਂ ਕਿ ਹਨੇਰਾ ਆਉਂਦਾ ਤੇ ਨਾ ਉੱਠ ਯਕਦਮ ਰਾਮ ਰਾਮ ਨਾ ਉੱਠ ਜਾ ਜਦੋਂ ਪਤਾ ਹੋਵੇ ਇਕਦਮ ਉੱਠਣਾ ਹਨੇਰਾ ਆਉਂਦਾ ਪਾਗਲ ਦਾ ਪੁੱਤਰ ਤੂੰ ਇਕਦਮ ਉੱਠਦਾ ਇੰਨਾ ਕੁ ਜੇ ਤੇ ਹੁੰਦਾ ਵਾ ਮਿੱਠਾ ਜੀ ਬੰਦੇ ਦਾ ਕੀ ਹੋ ਗਿਆ ਇਹ ਜੀ ਮੇਰਾ ਮਾਮਾ ਵਾ ਉਹਦੇ ਬਟੂਏ ਤੇ ਫਿਨਸੀਆਂ ਬਹੁਤ ਨਿਕਲਦੀਆਂ ਇਹ ਤੇਰੀ ਸਾਰੀ ਫੈਮਿਲੀ ਡੈਮੇਜ ਕਿਉਂ ਆ ਮੈਨੂੰ ਇਹਦਾ ਫੈਮਿਲੀ ਦੀ ਤੇ ਗੱਲ ਹੀ ਨਹੀਂ ਕਰਨ ਦਿਆ ਕੰਧ ਤੇ ਬਟੂਏ ਤੇ ਉਹ ਬਟੂਏ ਤੇ ਖਾਰਿਸ਼ ਕੀਤੀ ਆ ਤੇ ਫਿਨਸੀਆਂ ਨਿਕਲ ਆਈਆਂ ਵਾ ਉਹ ਬਹੁਤ ਪਰੇਸ਼ਾਨ ਆ ਵਿਚਾਰਾ ਓਏ ਤੇਰੀ ਐਡੀ ਡੈਮੇਜ ਫੈਮਿਲੀ ਤੁਸੀਂ ਹੀਨੋ ਸ਼ੀਮਾ ਦੇ ਸਾਰੇ ਓਏ ਹੀਨੋ ਸ਼ੀਮਾ ਨਹੀਂ ਹੀਰੋ ਸ਼ੀਮਾ ਉਹੀ ਸ਼ੀਮਾ ਦੇ ਤੁਸੀਂ ਯਾਰ ਸ਼ੀਮਾ ਦੇ ਬੱਚੇ ਹੀ ਹੀਰੋ ਦੇ ਓਏ ਸ਼ੀਮਾ ਦੇ ਬੱਚੇ ਆ ਬੋਲ ਉਹ ਸ਼ੀਮਾ ਨੀ ਸ਼ਰੀਫਾਂ ਦੇ ਬੱਚੇ ਆ ਅੱਛਾ ਉਹ ਫਿਨਸੀ ਫੋੜੇ ਤੇ ਉਹਦੇ ਤੇ ਫੋੜੇ ਤੇ ਨਿਕਲੇ ਤੇ ਬਲਬਟ ਬਲਬਟ ਨਹੀਂ ਹੁੰਦਾ ਬਲਬਟ ਉਹਦੇ ਤੇ ਇੱਧਰ ਤੇ ਚੈੱਕ ਕਰ ਲਓ ਚਲੋ ਓਏ ਆ ਵੀ ਚਾਹ ਪੀ ਜਾਂਦਾ ਵਾ ਉਹ ਮਿੱਠਾ ਚੈੱਕ ਕੀਤਾ ਵਾ ਉਹ ਕਹਿੰਦੇ ਹਕੀਮ ਸਾਹਿਬ ਕਹਿੰਦੇ ਮੇਰੀ ਚਾਹ ਚ ਨਾ ਪਾਇਆ ਕਰ ਹਾਂ ਯਾਰ ਮੈਨੂੰ ਪਤਾ ਕੀ ਆ ਹੁਣ ਥੋੜਾ ਜਿਹਾ ਲੱਗਦਾ ਵਾ ਜਾਨੀ ਖਾਨ ਦਿਨ ਜਿਵੇਂ ਪੂਰੇ ਜੇ ਹੁੰਦੇ ਇੱਕ ਵਕਤ ਸੀ ਉਹ ਤਾਕਤ ਇੰਨੀ ਹੋਣੀ ਓਏ 8-8 ਬੰਦੇ ਇੰਜ ਖਲੋ ਕੇ ਮੇਰੇ ਨਾਲ ਮੁਕਾਬਲਾ ਕਰ ਲੈਣਾ ਮੈਂ ਲੜਦਾ ਬਹੁਤ ਹੁੰਦਾ ਸੀ ਇਹ ਤਿੰਨ ਗਾਲਾਂ ਦਾ ਮੁਕਾਬਲਾ ਕਰਦੇ ਸੀ ਨਹੀਂ 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 ਫਰਤੀਲਾ ਮਿੱਠੇ ਖਾਂ ਬੜਾ ਸੀ ਨਹੀਂ ਨਹੀਂ ਉਹ ਜਿਹੜੀਆਂ ਨਹੀਂ ਹੁੰਦੀਆਂ ਸਟੈਪਲਰ ਦੀਆਂ ਪਿੰਨਾਂ ਉਹ ਰਬੜ ਚ ਪਾ ਕੇ ਨਹੀਂ ਫਾਇਰਿੰਗ ਉਹ ਕਰਦੇ ਰਹੇ ਇੱਕ ਦੂਜੇ ਨਾਲ ਯਾਰ ਜਾਨੀ ਖਾਂ ਜਾਣ ਦਿਆ ਉਹ ਬਹੁਤ ਭੈੜੀ ਵੱਜਦੀ ਉਹ ਭੈੜੀ ਵੱਜਦੀ ਮੇਰਾ ਡਾਕੂ ਪੈ ਗਏ ਇੱਕ ਵਾਰੀ ਕਾਲੂ ਸਾਹਿਬ ਡਾਕੂ ਪੈ ਗਏ ਇਹ ਫਿਰ ਸਾਰਾ ਟੱਬਰ ਬਾਹਰ ਪੈ ਗਏ ਅੰਦਰ ਪੈ ਗਏ ਅੰਦਰ ਪੈ ਗਏ ਯਾਰ ਨਹੀਂ ਪਤਾ ਕੀ ਗੱਲ ਆ ਮੈਂ ਸੁੱਤਾ ਹੋਇਆ ਯੱਕ ਤਾਂ ਖੜਾਕ ਜਿਹਾ ਹੋਇਆ ਜਾਨੀ ਮੈਨੂੰ ਕਿਸੇ ਨੇ ਨਾ ਘਰ ਦੇ ਜੀ ਨੇ ਕਿਹਾ ਵੀ ਡਾਕੂ ਪੈ ਗਏ ਬੇਗਮ ਨੇ ਕਿਹਾ ਡਾਕੂ ਪੈ ਗਿਆ ਕਹਿੰਦਾ ਲਓ ਮੈਂ ਫਿਰ ਚੱਲਦਾ ਭਾਈ ਵਾਲ ਉਧਰ ਪੈ ਜੂੰਗਾ ਇਸ ਉਮਰ ਤੋਂ ਵੱਡਾ ਵਾ ਚਪੇੜ ਖਿੱਚ ਕੇ ਮਾਰੀ ਦੀ ਹੁੰਦੀ ਆ ਸਿਆਣਾ ਬਿਆਣਾ ਬੰਦਾ ਕੁਛ ਸ਼ਰਮ ਕਰ ਮਾਰ ਇੱਟ ਸਿਰ ਚ ਦੇ ਭਾਜੀ ਮਿਕਸ ਉਹ ਵੀ ਭਰਾ ਵਾ ਤੁਸੀਂ ਵੀ ਬਜ਼ੁਰਗ ਹੋ ਇਹਦੀ ਬੇਗਮ ਕਹਿੰਦੀ ਡਾਕੂ ਪੈ ਗਏ ਇਹਨੇ 6 ਵਜੇ ਦਾ ਅਲਾਰਮ ਲਾਤਾ ਦੇ ਸਰਾਣੇ ਚਿਰਣ ਕੇ ਉੱਠ 6 ਵਜੇ ਉੱਠ ਕੇ ਨਿਕਲ ਜਾਓ ਫਿਰ ਮੈਂ ਪੈਣਾ ਆਉਂ ਤੇ ਕਰੋ ਨਹੀਂ ਨਹੀਂ ਯਾਰ ਜਦੋਂ ਮੈਂ ਜਵਾਨੀ ਦੀ ਗੱਲ ਦੱਸਣ ਡਿਆ ਵਾਂ ਇੰਜ ਕਰਕੇ ਪਤਾ ਲੱਗਿਆ ਮੈਨੂੰ ਕਿਸੇ ਨੇ ਕੰਨ 'ਚ ਕਿਹਾ ਵੀ ਡਾਕੂ ਪੈ ਗਏ ਜਾਨੀ ਸਾਹਿਬ ਇਹਦੇ ਘਰ ਇੱਕ ਸਿਆਣਾ ਡਾਕੂ ਪਿਆ ਵਾ ਇਹਨੇ ਆਪਣਾ ਛੋਟਾ ਬੱਚਾ ਚੱਕ ਕੇ ਨਾਲ ਪਾਤਾ ਡਾਕੂ ਦੇ ਕਹਿੰਦਾ ਭਾਈ ਲੁੱਟਣਾ ਲੁੱਟਣਾ ਬੱਚੇ ਨਾ ਉੱਠੇ ਡਾਕੂ ਪੈ ਗਏ ਤੇ ਉਹਨਾਂ ਲਈ ਮੈਂ ਤਾਂ ਸੂਤ ਲਵਾਇਆ ਇੱਕ ਮਿੰਟ ਮੇਰੀ ਗੱਲ ਉਹ ਜਦੋਂ ਡਾਕੂ ਪਏ ਸੀ ਨਾਲ ਕੋਈ ਉਹਨਾਂ ਦੀ ਡਕੇਟੀ ਵੀ ਪਈ ਸੀ ਕਿ ਇਕੱਲੇ ਡਾਕੂ ਡਾਕੂ ਪੈ ਗਏ ਜਾਨੀ ਖਾਂ ਉਦੋਂ ਤਾਕਤ ਇਹ ਹੁੰਦੀ ਸੀ ਐਦਾਂ ਕਰਕੇ ਸਾਡੀ ਨਾ ਉਹ ਬਾਲਕਨੀ ਜੀ ਬਰਾਂਦੇ ਦੀ ਬਣੀ ਉੱਥੋਂ ਮੈਂ ਇੱਕ ਡਾਕੂ ਨੂੰ ਭਰਾਤਾ ਓਏ ਥੱਲੇ ਸੁੱਟ ਦਿੱਤਾ ਉਹ ਜਦੋਂ ਲੈਟਾਂ ਬਾਲ ਕੇ ਦੇਖੀ ਆਪਣਾ ਮੁੰਡਾ ਹੀ ਸੁੱਟਤਾ ਨੇ ਡਾਕੂ ਉੱਥੇ ਹੀ ਪਿਆ ਡਾਕੂ ਦਾ ਵੀ ਉਹਨੇ ਆਪਣੀ ਇੱਜ਼ਤ ਵਾਲਾ ਹੀ ਹਾਲ ਕੀਤਾ ਥੱਲੇ ਸੁੱਟਦਾ ਉੱਥੇ ਜਦੋਂ ਡਾਕੂ ਪਏ ਨਾ ਲਓ ਜੀ ਮਹੱਲੇ ਸਾਰੇ ਚ ਪਤਾ ਲੱਗ ਗਿਆ ਵੀ ਹਕੀਮ ਨੂੰ ਡਾਕੂ ਪੈ ਗਏ ਅੱਛਾ ਉਦੋਂ ਜਵਾਨੀ ਚ ਵੀ ਤੂੰ ਹਕੀਮ ਸੀ ਯਾਰ ਹਕਮਤ ਤਾਂ ਆਪਣੀ ਸ਼ੁਰੂ ਤੋਂ ਜਿਹੜੇ ਆਪਣੇ ਦਾਦਾ ਜੀ ਸੀ ਖਾਨ ਜੀ ਤੁਹਾਡੇ ਖਾਨਦਾਨ ਚ ਸਾਰੇ ਹਕੀਮ ਹੀ ਆ ਗਾਹ ਕੋਈ ਨੀ ਗਾਹਕ ਦੇਖੋ ਜੀ ਰੱਬ ਦੀ ਦੇਣ ਹੁੰਦੀ ਆ ਗਾਹਕ ਜਿਹੜਾ ਮਰੀਜ਼ ਯਾਨੀ ਕਿ ਮਰੀਜ਼ ਹਾਂਜੀ ਮਰੀਜ਼ ਜਿਹੜੇ ਆ ਨਾ ਮਰੀਜ਼ ਤਾਂ ਉਹ ਤਾਂ ਅਗਲਾ ਬੰਦਾ ਹੁੰਦਾ ਇੱਕ ਬੰਦਾ ਤੇ ਉਹ ਕੰਮ ਕਰਦਾ ਅਗਲਾ ਬੰਦਾ ਹੈ ਹੀ ਸਾਰੇ ਤੇ ਹਕੀਮ ਸੀ ਨਹੀਂ 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 ਹਕੀਮ ਸੀ ਵੈਸੇ ਪ੍ਰੋਫੈਸਰ ਵੀ ਸੀ ਉਹ
ਓਦਾਂ ਵੈਸੇ ਸਾਡਾ ਵੀ ਜਿਹੜਾ ਜੁਮੇ ਸਾਡਾ ਮਾਰਨ ਮੂਰਨ ਵਾਲਾ ਕਤਲੋ ਗਾਰਤ ਦਾ ਜਿਹੜਾ ਸਿਲਸਿਲਾ ਹੁੰਦਾ ਹਕੀਮਾਂ ਦਾ, ਹਾਂਜੀ ਹਾਂਜੀ ਆਹ ਵੀ ਦਵਾਈ ਦੇਣੀ ਅਗਲੇ ਨੇ ਮਰ ਜਾਣਾ। ਇਹਦਾ ਜਿਹੜਾ ਭਰਾ ਪ੍ਰੋਫੈਸਰ ਆ ਨਾ ਜੀ, ਆਪਣੇ ਨਾਲ ਦੇ ਦੋਸਤ ਨੂੰ ਕਹੂਗਾ ਮੋਬਾਈਲ ਦਿਖਾ ਕੇ, ਆਹ ਯਾਰ ਛਪਾਕ ਦਾ ਨੰਬਰ ਤੇ ਕੱਢੀ ਹੈ ਮਿੱਠੇ ਖਾਂ, ਇੱਜ਼ਤ ਪਿਆਰੀ ਹੈ ਨਾ, ਤੇ ਚੁੱਪ ਕਰਕੇ ਬਹਿ ਜਾ। ਉਹ ਦਿਲੋਂ ਲੱਥ ਗਿਆ ਵਾ, ਇਲਾਜ ਮੇਰਾ ਜਾਨੀ ਸਾਹਿਬ ਨੇ ਕੀਤਾ ਵਾ। ਉਹ ਜਦੋਂ ਨਾ ਭਾਜੀ ਡਾਕੂ ਪਏ ਨਾ, ਮੈਂ ਕੱਢੀ ਗਨ ਕਿਹੜੀ ਪਪਿਸ਼ ਜ਼ਬਾਨ ਫੜ ਕੇ ਵਿਰੋਲਾ ਦੇ ਕੇ ਨਾ ਐ ਕੱਢ ਲੈਣੀ ਬਾਹਰ। ਮੇਰਾ ਪਤਾ ਨੀ ਜਾਨੀ ਖਾਂ, ਮੈਂ ਬੜਾ ਸਖ਼ਤ ਜੇਨ ਦਾ। ਤੂੰ ਨਾ ਇਹ ਤੂੰ ਏਦਾਂ ਦਾ ਕਰੀ, ਮੈਂ ਤੈਨੂੰ ਕੱਢੀ ਕਢਾਈ ਜ਼ਬਾਨ ਦਿੰਦਾ। ਠਹਿਰ ਚੈੱਕ ਮੈਂ ਜੀ, ਅੱਜ ਨਾ ਮੇਰਾ ਕਿਤੇ ਦਿਲ ਨਹੀਂ ਲੱਗਣ ਦਿਆ, ਕਿਤੇ ਵੀ ਮੈਂ ਜਾਣਾ ਮੇਰਾ ਦਿਲ ਕਰਦਾ ਮੈਂ ਉੱਠ ਕੇ ਉੱਥੇ ਚੱਲ ਜਾਵਾਂ, ਮੇਰਾ ਦਿਲ ਕਰਦਾ ਮੈਂ ਉੱਠ ਕੇ ਉੱਥੇ ਚੱਲ ਜਾਵਾਂ। ਗਰਮੀ ਬੜੀ ਆ, ਪੱਖਾ ਕੋਈ ਨਹੀਂ ਲਾਇਆ, ਬੇੜੇ ਗਰਕ ਤੁਹਾਡੇ ਹੋਣੇ ਆ, ਰਹਿਣ ਦਾ ਫਿਰ ਗਰਮੀ ਬੜੀ। ਮੈਂ ਆ ਰਿਹਾ ਵਾਂ। ਨਹੀਂ ਫਿਰ ਹੁਣੇ ਹੀ ਪੀ ਲਓ ਫਿਰ। ਹਾਂ ਆ ਰਿਹਾ ਮੈਂ, ਕੱਪ ਚ ਪਾ। ਠੀਕ ਹੈ ਹੁਣ ਕਹਿ ਲਓ ਜੀ, ਅੱਧੇ 100 ਰੁਪਈਆ ਯਾਰ। ਚਲੋ ਯਾਰ ਆ ਭਾਂਡੇ ਵੀ ਚੁੱਕ ਲਾ, ਉਹ ਡਾਵਾ ਡੋਲ ਕਮਾਂਡੋ ਭਾਂਡੇ ਵੀ ਚੱਕ ਲਾ। ਆ ਗਿਆ ਆ ਗਿਆ ਆ ਗਿਆ ਬਾਬਾ, ਸ਼ੋਕੀ ਬੇਵਾ ਹੁੰਦੀ ਆ ਗਿਆ। ਯਾ ਚੱਲ ਜਾ। ਡਕੇਟ ਪਏ ਨਾ ਜਾਨੀ ਖਾਂ। ਹਾਂ ਡਕੇਟ ਪਾਈ, ਪਹਿਲੇ ਬੈਠੇ ਗੱਲਾਂ ਕਰਦੇ ਰਹੇ, ਜਦੋਂ ਥੱਕ ਕੇ ਫੇਰ ਪਏ। ਹਾਂ ਹੁਣ ਕਹ ਚਲੋ ਯਾਰ ਹੁ ਪਈਏ ਪਈਏ ਹੁ। ਆਪਣਾ ਕਾਲਾ ਗੋਲਾ ਚਾਚੇ, ਓਏ ਬਕਵਾਸ ਬੰਦ ਕਰ ਲੈ, ਮੇਰੇ ਹੁਸਨ ਦੇ ਮੁਤਾਬਕ ਗੱਲ ਨਹੀਂ ਕਰਨੀ। ਬਜ਼ੁਰਗ ਆਦਮੀ ਆ, ਸ਼ਰਮ ਨਹੀਂ ਆ ਰਹੀ ਤੈਨੂੰ ਉਹਦੀ ਉਮਰ ਤੇ ਵੇਖ ਲਾ ਤੂੰ। ਚਲੋ ਜੀ ਹੁਣ ਬੰਦਾ ਇੱਕ ਸਿਆਣਾ ਵਿੱਚ ਕਹਿੰਦਾ, ਉਮਰ ਤੇ ਵੇਖ ਲਾ, ਮੈਂ ਕਿਹਾ ਉਹਦੀ ਤੂੰ ਮਾਂ ਅੱਗੇ ਉਹ ਚਪੇੜ ਮੂੰਹ ਤੇ, ਤੇਰੇ ਘਰ ਪਿਓ ਨਹੀਂ ਹੈਗਾ। ਇਹ ਭਾਜੀ ਤੈਨੂੰ ਤਮੀਜ਼ ਨਹੀਂ ਸਿਖਾਈ ਕਿਸੇ ਨੇ ਕਿ ਬਜ਼ੁਰਗ ਆਦਮੀ ਆ ਤੇ ਉਹ ਤੇ ਥੁੱਕ ਤੇ ਥੁੱਕੇ ਹੋਗੇ। ਚਲੋ ਜੀ ਵਕੀਲਾਂ ਦੀ ਵਕਾਲਤ ਨਹੀਂ ਕਰੀ ਦੀ, ਨਾ ਕਰੋ ਨਾ ਕਰੋ। ਤੁਸੀਂ ਹੈ ਕਿਦੇ ਅੱਲਾ ਚਾਚਾ, ਸਲਾਹ ਯਾਰ ਡਾਕੂ ਪੈ ਗਏ। ਉਹ ਨਾ ਭਾਜੀ ਪਪਸ਼ ਗਨ ਕੱਢੀ ਮੈਂ ਕੁੱਪੇ ਵਾਲੀ ਬਿਠਾ ਜੀ। ਤੁਸੀਂ ਕੱਢੀ? ਹਾਂ ਤੇ ਹੋਰ ਕਿਤੇ ਨਾਲ ਦੇ ਨੇ ਕੱਢਦੀ ਸੀ। ਓਏ ਕਰਕੇ ਮੈਂ ਸਿੱਧੀ ਕੀਤੀ, ਮੈਂ ਕਿਹਾ ਤਗੜੇ ਹੋ ਜਾਓ ਵੀ। ਕੁੱਪੇ ਵਾਲੀ ਗਨ? ਹਾਂਜੀ ਤੇਰੇ ਕੋਲ ਸੀ? ਹਾਂਜੀ ਹਾਂਜੀ। ਕੁੱਪਾ ਕੀ ਹੁੰਦਾ? ਉਹ ਕੁੱਪਾ ਲੱਗਾ ਹੁੰਦਾ ਉਹਦੇ ਚ ਨਾ, ਗੋਲੀਆਂ ਮਤਲਬ ਪਾ ਦੇਣੀਆਂ, ਗੁੱਛਾ ਕਰਕੇ ਸੁੱਟ ਦੇਣੀਆਂ, ਥੋੜਾ ਥੋੜਾ ਦੇ ਦੇ ਵਿੱਚ, ਉਹ ਆਪੇ ਸਿੱਧੀਆਂ ਹੋ ਕੇ ਘਰ 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 ਉਹ ਇਦਾਂ ਚੱਲਦੀਆਂ। ਉਹ ਭਾਜੀ ਕੁੱਪਾ ਗਨ ਨਹੀਂ ਸੀ, ਉਹ ਤੂੰਬਾ ਨਹੀਂ ਹੁੰਦਾ, ਤੂੰਬਾ ਉਹਦੀ ਸੈਟਿੰਗ ਕਰਾਈ ਸੀ ਮਾੜੀ ਮੋਟੀ ਬਸ। ਐ ਮਿੱਠੇ ਇੱਕ ਮਿੰਟ ਠਹਿਰ ਜਾ, ਮੈਂ ਖੱਟਾ ਕਰ ਦੇਣਾ ਇੱਕ ਮਿੰਟ। ਗੱਲਾਂ ਕਰ ਓਏ, ਤੇਰੇ ਭਰਾਵਾਂ ਵਰਗਾ ਵਾ, ਲੱਤ ਲਾ ਉਹਦੀ ਅੱਗੇ ਹੋ ਕੇ। ਚਲੋ ਚਲੋ ਤੁਸੀਂ ਸਾਡੀ ਹਮਾਇਤ ਨਹੀਂ ਕਰਨੀ। ਸਿਆਣਾ ਬੰਦਾ ਕਹਿਣ ਡਿਆ ਵਾ ਯਾਰ, ਲੈ ਛੁਰੀ ਦੇ ਫਿਰ। ਹੈ ਆਇਆ ਫਿਰ ਇਹਦੇ ਘਰ ਡਾਕੂ ਆਏ, ਉਹਨਾਂ ਨੇ ਕਿਹਾ ਕੱਢ ਦੇ ਜੋ ਕੁਛ ਹੈਗਾ ਈ। ਇਹ ਉੱਥੇ ਬੈਠਕਾਂ ਕੱਢਣ ਲੱਗ ਪਿਆ ਬਾਬਾ। ਨਹੀਂ ਡਾਕੂਆਂ ਨੇ ਕਿਹਾ ਕੱਢ ਦੇ ਜੋ ਕੁਛ ਹੈਗਾ, ਤੇ ਉਹਨੇ ਸਰਦਾਰ ਨੂੰ ਗਾਲਾਂ ਕੱਢਣ ਲੱਗ ਪਿਆ। ਡਾਕੂ ਨੇ ਕਿਹਾ ਕੱਢ ਦੇ ਜੋ ਕੁਛ ਹੈਗਾ ਈ, ਸਾਰੇ ਘਰਦਿਆਂ ਨੂੰ ਬਾਹਰ ਕੱਢਦਾ, ਕਹਿੰਦਾ ਨਿਕਲੋ ਬਾਹਰ। ਡਾਕੂਆਂ ਨੇ ਕਿਹਾ ਕੱਢ ਦੇ ਜੋ ਕੁਛ ਹੈਗਾ, ਤੇ ਬੁੱਢੀ ਚ ਨੁਕਸ ਕੱਢਣ ਲੱਗ ਪਿਆ ਉਹਨਾਂ ਸਾਹਮਣੇ। ਸ਼ਰਮ ਕਰਿਆ ਕਰ ਯਾਰ, ਜੇ ਤੂੰ ਅਦਬ ਨਾ ਦੱਸਿਆ ਸੀ ਸਾਰੇ ਸੁੱਕੀ ਜਾਵਾਂ। ਲੈ ਵੀ ਇਹ ਚਾਹ ਤੂੰ ਮੈਨੂੰ ਦੱਸ ਦੇਣੀ ਵੀ ਕਦੋਂ ਆਉਣੀ ਆ। ਆ ਜੀ ਆ ਗਈ ਆ, ਮੈਂ ਤੇ ਤੁਹਾਡਾ ਹੀ ਵੇਖ ਰਿਹਾ ਸੀ। ਉਹ ਨਾ ਮਿੱਠੇ ਖਾਂ, ਜਦੋਂ ਉਹਨੇ ਮੈਨੂੰ ਇੱਕ ਡਾਕੂ ਨੇ ਕਿਹਾ ਇੰਜ ਗੰਨ ਪੱਟੀ ਤੇ ਰੱਖਤੀ ਡਾਕੂ ਨੇ, ਨਹੀਂ ਮੇਰੇ ਮਾਮੂ ਜੀ ਸੀ, ਉਹ ਮੈਨੂੰ ਕਹਿੰਦੇ ਆਪਾਂ ਤੇ ਬੰਦੂਕ ਫੜ ਕੇ ਪੈ ਗਿਆ। ਹੈ ਓ ਯਾਰ ਚੇਂਜ ਨਾ ਪਾ ਗੱਲ ਮਿੱਠੇ, ਉਹਨੇ ਐ ਕਰਕੇ ਕੰਨ ਪੱਟੀ ਤੇ ਬੰਦੂਕ ਰੱਖੀ, ਮੈਨੂੰ ਕਹਿੰਦਾ ਤਿਜੋਰੀ ਕਿੱਥੇ? ਮਾੜਾ ਜਿਹਾ ਪਰਦਾ ਚੁੱਕਿਆ, ਕਹਿੰਦਾ ਅੰਦਰ ਹੀ ਆ।
ਓਏ ਤੇਰੇ ਕੋਲ ਤਿਜੋਰੀ ਕਿੱਥੋਂ ਆਈ? ਕੁੱਪੇ ਵਾਲੀ ਗਨ ਤਿਜੋਰੀ? ਯਾਰ ਇਹਨਾਂ ਨੂੰ ਕੀ ਪਤਾ, ਅਮੀਰ ਲੋਕ ਨੇ, ਇਹਨਾਂ ਨੂੰ ਕੀ ਪਤਾ ਕੈਸਾ ਕੈਸਾ ਸਾਡੇ ਕੋਲ ਸਮਾਨ। ਉਹ ਤਿਜੋਰੀ ਦਾ ਜਦੋਂ ਪੁੱਛਿਆ ਨਾ, ਇਹਨਾਂ ਕਿਹਾ ਕੰਮ ਤੋਂ ਨਹੀਂ ਆਈ ਹਲੇ। ਨਹੀਂ ਨਹੀਂ, ਜੇ ਤੂੰ ਉਹ ਵੀ ਬੱਚਿਆਂ ਵਰਗਾ ਨਹੀਂ, ਉਹਨੇ ਕਿਹਾ ਤਿਜੋਰੀ ਦੇ ਨੇ, ਤਿਜੋਰੀ ਦੀ ਚਾਬੀ ਦਿੱਤੀ, ਉਹਨੇ ਖੋਲੀ ਤੇ ਤਿਜੋਰੀ ਬਿਲਕੁਲ ਅੰਦਰੋਂ ਇੱਕ ਬਿੱਲੀ ਵੇਖਣ ਦੀ ਬਾਹਰ ਨੂੰ। ਉਹਨਾਂ ਨੇ ਜੋ ਕੋਲ ਸੀ ਨਾ ਪੈਸੇ ਪੂਹੇ, ਉਹਨਾਂ ਨੇ ਕਿਹਾ ਚਾਚਾ ਜੀ ਆਜ ਅੰਦਰ ਰੱਖ ਲਓ, ਸਾਡੇ ਤੋਂ ਬਾਅਦ ਕੋਈ ਚੋਰ ਆਵੇ ਤੂੰ ਇਹਦਾ ਸ਼ਰਮਿੰਦਾ ਨਾ ਹੋ। ਇਹਨਾਂ ਨੂੰ ਇਹ ਦੱਸ ਵੀ ਉਹਦੇ ਚ ਜ਼ੇਵਰ ਕਿੰਨਾ ਸੀ। ਅੱਲਾ ਜ਼ੇਵਰ! ਚੋਰ ਨੇ ਆਪਣਾ 500 ਵਿੱਚ ਰੱਖਿਆ ਤਿਜੋਰੀ ਦੇ, ਉਹਨੇ ਕਿਹਾ ਜੀ ਇਹ ਸਾਡੇ ਵੱਲੋਂ ਤੁਹਾਡੀ ਤਿਜੋਰੀ ਨੂੰ। ਤੂੰ ਕਹਿੰਦਾ ਜੀ ਇਹ ਜਿਆਦਤੀ ਆ, ਪਿਛਲੀ ਵਾਰੀ ਚੋਰ ਆਏ ਸੀ ਉਹ 1000 ਰੱਖ ਕੇ ਗਏ। ਉਹ ਜ਼ੇਵਰ ਨਹੀਂ, ਉਹ ਵਿੱਚ ਰਹਿਣ ਚ ਪਏ ਆ, ਵਿੱਚ ਕਬਾੜ ਦਾ ਸਮਾਨ ਪਿਆ ਵਾ, ਮੈਨੂੰ ਪਤਾ ਵਾ ਤੈਨੂੰ ਜ਼ੇਵਰ ਦੱਸਿਆ ਵਾ। ਇਹ ਤੁਹਾਡੇ ਘਰ ਦਾ ਪੰਪ ਖੋਲ ਲਿਆ ਸੀ? ਓਏ ਓਏ ਤਮੀਨ ਆ, ਬਕਵਾਸ ਨਾ ਕਰ। ਓਏ ਉਹ ਗੱਲਾਂ ਤੇ ਕਿੱਦਾਂ ਦੀਆਂ ਕਰਨ ਲਿਆ? ਭਾਜੀ ਮੈਂ ਉਹਨੂੰ ਕਹਿ ਰਿਹਾ ਬਕਵਾਸ ਨਾ ਕਰ। ਹਾਂ ਸੁਣੋ ਭਾਜੀ ਦੀ ਗੱਲ, ਤੇਰੇ ਘਰ ਤਿਜੋਰੀ ਹੋ ਹੀ ਨਹੀਂ ਸਕਦੀ। ਕਿਉਂ ਜੀ? ਸਾਡਾ ਘਰ ਜਿਹੜਾ ਮਲੀਆ ਮੇਟ ਹੋ ਗਿਆ। ਉਹ ਸਾਡਾ ਸਰਫ ਦੇ, ਕਦੀ ਤੇਰੀਆਂ ਗੱਲਾਂ ਸੁਣਾ ਮੈਂ। ਓਏ ਤੂੰ ਮੇਰਾ ਸਰਫ ਵੇਖ, ਮੈਂ ਸੂਟ ਧੋਤਾ। ਓਏ ਕਿਹੜੀ ਤਿਜੋਰੀ ਹੁੰਦੀ ਜਿਹਨੂੰ ਕੰਨ ਲਾਓ ਅੰਦਰ ਚੂਚਿਆਂ ਦੀ ਆਵਾਜ਼ ਆਉਂਦੀ? ਉਹ ਡਾਕੂ ਨੇ ਇਹ ਕਰਕੇ ਤਿਜੋਰੀ ਚ ਹੱਥ ਮਾਰੇ, ਸਾਰੇ ਜਾਲੇ ਲੱਗ ਗਏ ਵਿਚਾਰੇ ਦੇ ਹੱਥ। ਇਹ ਚਾਚੇ ਖਾ, ਉਹ ਜਾਲੇ ਨਹੀਂ ਸੀ ਅਸਲ ਦੇ ਵਿੱਚ, ਉਹ ਸੀ ਉਹ ਸੋਨਾ। ਅੱਲਾ ਅੱਲਾ, ਸੋਨਾ! ਉਹ ਕਿਹੜਾ ਸੋਨਾ ਵਾ ਜਿਹੜਾ ਅੱਧੇ ਘੰਟੇ ਬਾਅਦ ਕਾਲਾ ਹੋ ਜਾਂਦਾ? ਮਿੱਠੇ ਖਾ, 21 ਤੋਲੇ ਸੋਨਾ ਸੀ ਉਹਦੇ ਚ। ਉਹ ਫੇਰ ਤੇਰੇ ਘਰ ਨਹੀਂ ਆਏ ਹੋਣੇ? ਇਹ ਸੋਨੇ ਦੀਆਂ ਇੱਟਾਂ ਪਈਆਂ ਸੀ ਵਿੱਚ 21 ਤੋਲੇ ਚ। ਡਾਕੂ ਵਾਲੇ ਨੂੰ ਪੁੱਛਿਆ ਸੋਨਾ ਕਿੱਥੇ? ਹਾਂਜੀ, ਕਹਿੰਦਾ ਜੀ ਜਿੱਥੇ ਮਰਜ਼ੀ ਸੌਂ ਜਾਓ, ਕੋਈ ਰੌਲਾ ਨਹੀਂ ਕਰਦਾ। ਮੈਂ ਨਾ ਤੈਨੂੰ ਮਨਾ ਕੀਤਾ, ਤੂੰ ਵਿੱਚ ਨਾ ਲੁਕ ਮੰਨ ਦੇ ਆ, ਮੇਰੇ ਹੱਥ ਥੱਲੇ ਬੈਠਾ ਵਾ। ਉਹਨਾਂ ਜਿਹਦੇ ਮਿੱਠਾ ਜੀ, ਉਹਨਾਂ ਕਹਿੰਦੇ ਸੋਨਾ ਕਿੱਥੇ? ਹਾਂ, ਤੇਨੇ ਆਵਾਜ਼ ਦਿੱਤੀ ਨੇ ਕਿ ਸੋਨਾ ਡਾਕੂ ਬੁਲਾ ਰਹੇ ਨੇ। ਡਲਟੀ ਨਸਲ ਕੇ ਬਾਤ ਜ਼ਰਾ ਗੌਰ ਸੇ ਸੁਣ ਲੇਤੇ। ਅੱਛਾ ਅੱਛਾ, ਸੌਰੀ। ਸੋਨਾ ਜਿਹੜਾ ਹੁੰਦਾ ਨਾ, ਸੋਨਾ ਲਿਆ ਬਿਸਮਿਲ੍ਲਾ, ਉਹਨਾਂ ਕਹਿੰਦੇ ਜੀ ਸੋਨਾ ਕਿੱਥੇ? ਓ ਯਾਰ ਸਿੱਧੀ ਗੱਲ ਮਕਾ ਜੀ, ਡਾਕੂ ਆਏ ਇੰਨਾ ਕੁਛ ਲੈ ਕੇ, ਗੱਲ ਮਕਾ ਸੋਨਾ ਘੰਟਾ ਹੋ ਗਿਆ, ਤੂੰ ਤੇ ਡਾਕੂਆਂ ਦਾ ਸਕਰੀਨ ਪਲੇ ਦੱਸਣੇ ਆ ਪੂਰਾ। ਨਹੀਂ ਉਹ ਪਤਾ ਕੀ ਆ, ਜਦੋਂ ਦੱਸ ਓ ਯਾਰ ਕੀ ਮੋਸੀ ਦੀ ਡਕੈਤੀ ਸੁਣਨ ਬੈਠੇ ਆ ਯਾਰ, ਕਿੱਡਾ ਸੋਹਣਾ ਮਾਸ਼ਾਅੱਲਾ ਜਾਨੀ ਸਾਹਿਬ ਲਾਜ ਕਰ ਰਹੇ ਸੀਗੇ। ਅੱਛਾ ਫੇਰ ਉਹਨਾਂ ਜਦੋਂ ਮੈਨੂੰ ਪੁੱਛਿਆ ਨਾ ਵੀ ਸੋਨਾ ਕਿੱਥੇ ਆ, ਹਾਂ ਉਹਨੇ ਕਿਹਾ ਕੱਲ ਆਇਓ ਭਾਈ, ਗਏ ਆ ਕਿਤੇ, ਸੋਨਾ ਵੀ ਨਾਲ ਲੈ ਗਏ ਨਾ। ਆਹੋ ਵੀ ਨਾਲ ਲੈ ਗਏ। ਯਾਰ ਹਕੀਮਾ ਗੱਲ ਸਮਝਿਆ ਕਰ, ਡੀਪਲੀ ਨਾ ਜਾਇਆ ਕਰ। ਪਤਾ ਕੀ ਗੱਲ ਹੈ, ਤੁਸੀਂ ਚਾਰ ਜਿਹੜੇ ਨਾ ਲੌਂਡੇ ਲਪਾੜੇ ਜਿਹੜੇ ਆ ਉਤਾਰ ਕੇ ਲਾਉਂਦੇ, ਇਹ ਮੈਨੂੰ ਤੁਸੀਂ ਬਿਸਤ ਨਹੀਂ ਕਰ ਸਕਦੇ। ਮੈਂ ਤੁਹਾਨੂੰ ਆਪਣੀ ਹਕੀਕਤ ਦੱਸ ਰਿਹਾ ਵਾ ਵੀ ਇੰਜ ਕਰਕੇ ਜਦੋਂ ਉਹਨਾਂ ਤਿਜੋਰੀ ਵੱਲ ਨਜ਼ਰ ਮਾਰੀ, ਮੈਂ ਇੰਜ ਕਰਕੇ ਮੈਂ ਗਨ ਸਿੱਧੀ ਕੀਤੀ ਮਿੱਠਾ। ਹਾਂ ਇੰਜ ਕਰਕੇ ਮੈਂ ਗਨ ਸਿੱਧੀ, ਮੈਂ ਕਿਹਾ ਤਗੜਾ ਹੋ ਜਾ ਜਵਾਨਾ। ਓਏ ਪਹਿਲੇ ਗਨ ਵਿੰਗੀ ਸੀ, ਤੂੰ ਸਿੱਧੀ ਕਰਕੇ ਰਹਾਉਂਦਾ, ਉਧਰੋਂ ਡਾਕੂ ਆਏ ਉਧਰੋਂ ਤੂੰ ਗਨ ਸਿੱਧੀ ਕਰਨ ਲੱਗ ਪਿਆ। ਓ ਯਾਰ ਉਹ ਇੰਜ ਹੁੰਦੀ ਨਾ ਗਨ, ਇਹ ਇੰਜ ਕਰਨ ਨੂੰ। ਅੱਛਾ ਅੱਛਾ, ਮੈਂ ਕਿਹਾ ਤੂੰ ਸਿੱਧੀ ਕਰਨ ਲੱਗ ਪਿਆ ਉਹਦਾ, ਤੇ ਡਾਕੂ ਇੰਜ ਖੜੇ ਕੇ ਪਿਓ ਭਾਜੀ ਕਰ ਲਓ ਫਿਰ। ਉਹ ਜਦੋਂ ਮੈਂ ਇੰਜ ਕਰਕੇ ਗਨ ਸਿੱਧੀ ਕੀਤੀ, ਮੈਂ ਕਿਹਾ ਤਗੜੇ ਹੋਏ ਜਵਾਨੋ, ਮੈਂ ਤਰ ਕਰਕੇ ਇੰਜ ਮਾਰੀ, ਮੂੰਹ ਨਾ ਕੀਤਾ ਤਰ। ਯਾਰ ਉਹਨੂੰ ਇਹ ਛੱਟਾ ਮਾਰ ਦੇਈਦਾ ਨਾ। ਅੱਛਾ, ਉਹਦੇ ਵਿੱਚ ਤਾਂ 132 ਗੋਲੀਆਂ ਸੀ, ਉਹ ਤਰ ਕਰਕੇ ਇੰਜ ਜਦੋਂ ਵੱਜਿਆ ਨਾ, ਉਹ ਡਾਕੂ ਜਾਨੀ ਖਾਂ ਫੁੜ ਗਏ। ਬਹੁਤੇ ਮਰ ਜਾਂਦੇ, ਡਾਕੂ ਦੋ ਸੀ, ਤੁਸੀਂ 100
30 ਗੋਲੀਆਂ ਐਕਸਟਰਾ ਕੋ ਮਾਰਤੀਆਂ। ਉਹ ਪਤਾ ਕੀ ਹੋ ਜੀ, ਤੇ ਮੈਂ ਘਬਰਾ ਕੇ ਨਿਕਲ ਗਈ ਜਾਨੀ, ਉਹ ਤਰਰ ਨਿਕਲ ਗਈ। ਫ੍ਰੀ ਜੁਆ। ਹੈਲੋ ਜੀ, ਆਈ ਆ ਬਹਾਦਰੀ ਹੈ ਜੀ, ਜਿਹੜੀ ਹੈ ਜੀ ਐ ਬਾਤ ਐ ਤਰਰ ਐ ਹੀ ਕੁੱਪੇ ਵਾਲਾ ਤੂੰ ਤਰਰ ਜੀ। ਓਏ ਯਾਰ ਕਾਲੂ ਮੇਰੀ ਗੱਲ ਸੁਣ, ਇਹ ਲੈਣਾ ਇੱਕ ਗੱਲ ਹੁੰਦੀ ਆ, ਉਸ ਟਾਈਮ ਕੰਡੀਸ਼ਨ ਐਸੀ ਹੁੰਦੀ, ਉਹ ਹੋਰ ਚੀਜ਼ ਹੁੰਦੀ। ਹਾਂ ਦੇਖ ਨਾ। ਅੱਛਾ ਜੀ, ਤਰਰ ਤੋਂ ਅੱਗੇ ਸੁਣਾ ਤੂੰ ਯਾਰ, ਚਾਹ ਦੇ ਅੱਧਾ ਕੱਪ ਯਾਰ, ਸਿਰ ਦਰਦ ਕਰ ਰਿਹਾ ਵਾ, ਉਹ ਤਾਪ ਧੂਪ ਪਤਾ ਨਹੀਂ ਕੀ ਕੱਢਿਆ ਵਾ, ਦਿਮਾਗ ਖਰਾਬ ਹੋਇਆ, ਅੱਧਾ ਕੱਪ ਚਾਹ ਦਾ ਦੇ। ਨਾਪ ਕੱਢੀ ਆ ਤੈਨੂੰ, ਹੁਣ ਭੁੱਖ ਲੱਗਣੀ ਆ, ਅੱਜ ਤੈਨੂੰ ਨੀਂਦ ਵੀ ਬੜੇ ਸਕੂਨ ਦੀ ਆਉਣੀ ਆ। ਉੱਥੇ ਬੈਠਿਆ ਵੀ ਆਉਂਦੇ ਸੀ ਨੀਂਦ। ਅੱਛਾ ਡਾਕੂ ਫੇਰ ਕਿੱਧਰ ਗਏ, ਦੋ ਮਾਰਤੇ? ਦੋ ਡਾਕੂ ਮਰ ਗਏ ਜਨਾਬ। ਓਏ ਹੋਏ ਹੋਏ ਹੋਏ, ਜਾਨੀ ਖਾਨ ਦੋ ਡਾਕੂਆਂ ਨੇ ਉੱਤੋਂ ਜਦੋਂ ਵੇਖਿਆ ਨਾ, ਛੱਤ ਤੇ ਚੜੇ, ਉਹਨਾਂ ਕੋਲ ਸਾਡੇ ਨਾਲ ਦੇ ਬੰਦੇ ਮਾਰਤੇ, ਉੱਤੋਂ ਉਹਨਾਂ ਫਾਇਰਿੰਗ ਤਰ ਸ਼ੁਰੂ ਕਰ ਦਿੱਤੀ। ਯਾਰ ਕੀ ਬਕਵਾਸ ਆ ਯਾਰ, ਝੂਠ ਬੋਲ ਰਿਹਾ ਵਾ ਸਾਰਾ ਸਰ। ਨਹੀਂ ਚਾਚਾ ਜੀ, ਇਹਨੂੰ ਮੇਰੀ ਤਰ ਤੇ ਇਤਰਾਜ ਸੀ ਜਾਂ ਗੋਲੀ ਚਲਾਉਣ ਤੇ? ਨਹੀਂ, ਤੇਰੀ ਤਰ ਤੇ ਮੈਂ ਗਾਲਾਂ ਵੀ ਸੁਣਿਆ, ਬੋਲੋ ਤਰ 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 ਤਰ, ਹੈਨਾ ਹਕੀਮ ਬਾਸ਼ਾ? ਡਾਕੂਆਂ ਨੇ ਕੋਈ ਨੁਕਸਾਨ ਵੀ ਪਹੁੰਚਾਇਆ ਕਿ ਬਸ ਐਵੇਂ ਫਿਰਨ? ਓ ਭਾਈ, ਜਿਸਮਾਨੀ ਨਹੀਂ ਪਹੁੰਚਾ ਸਕੇ ਨੁਕਸਾਨ, ਉਹਨਾਂ ਨੂੰ ਟੌਰਚਰ ਕੀਤਾ ਮੈਂਟਲੀ। ਮੌਲੀ ਮੌਲੀ, ਪੌਣਾ ਘੰਟਾ ਫਾਇਰਿੰਗ ਹੁੰਦੀ ਰਹੀ ਆਪਸ ਚ ਸਾਡੀ। ਹਾਂ, ਮੁਕਾਬਲਾ ਹੁਸ ਮੁਕਾਬਲਾ ਬੰਦੂਕਬਾਜ਼ੀ ਹੋਇਆ। ਹਾਂਜੀ, ਉਧਰੋਂ ਉਧਰੋਂ ਉਹ ਥੁੱਕਾਂ ਥੁੱਟਦੇ ਰਹੇ, ਇਧਰੋਂ ਇਹ ਥੁੱਟਦੇ ਰਹੇ, ਬੜੀ ਫਾਇਰਿੰਗ ਹੋਈ, ਬੜੀ ਫਾਇਰਿੰਗ ਹੋਈ ਜਨਾਬ, ਉੱਥੇ ਟਿਕੜ ਹੋ ਗਿਆ ਫਿਰ। ਡਾਕੂਆਂ ਨੇ ਪਾਨ ਪਾਏ ਸੀ ਮੂੰਹ, ਹੈਂ ਥੁੱਕਾਂ ਕਰ ਤੋਂ ਸੁੱਟਦੇ ਰਹੇ। ਓਏ ਕਿਸੇ ਦੀ ਡਕੈਤੀ ਸੁਣ ਲਈ ਦੀ ਆ, ਕਿਸੇ ਦੀ ਡਕੈਤੀ ਸੁਣ ਲਈ ਦੀ ਆ। ਅੱਛਾ ਫੇ ਜਦ ਜਦੋਂ ਮੈਂ ਵੇਖਿਆ ਨਾ ਵੀ ਆਪਣਾ ਚਾਚਾ ਮਿੱਠੇ ਖਾਂ, ਚਾਚਾ ਤਾਜ ਮਿੱਠਾ, ਉਹ ਨਾ ਭਾਜੀ ਉਹਨਾਂ ਨੇ ਫਿਰ ਦੌੜ ਲਾ ਦਿੱਤੀ ਤੇ ਮੇਰਾ ਨਾਂ ਡੰਗਾ ਵੱਜ ਗਿਆ ਵੀ ਚੌਧਰੀ ਹਕੀਮ ਫਰੀਦ ਨੇ ਬੰਦੇ ਤੜਾ ਦਿੱਤੇ ਆ। ਨਾ ਡਕੈਤੀ ਹੋਣ ਦਿੱਤੀ, ਨਾ ਕੋਈ ਗੱਲ ਹੋਣ। ਕੀ ਬਾਤ ਆ, ਡਕੈਤੀ ਤੂੰ ਮੁਕਾਬਲਾ ਨਾ ਵੀ ਕਰਦਾ ਤੇ ਕੋਈ ਨਹੀਂ ਸੀ ਹੋਣੀ। ਪੂਰਾ ਪਹੁੰਚਿਆ ਹਕੀਮਾ, ਪੂਰਾ ਪੂਰਾ ਅਗਲੇ ਨੂੰ ਭਜਾ ਕੇ ਆਇਆ ਤੇਰੀ ਦੁਕਾਨ ਜੀ। ਇਹ ਛਾ ਗਿਆ, ਤੂੰ ਵਾਪਸ ਕਿੱਦਾਂ ਆਇਆ? ਵਾਪਸ ਮੈਂ ਉੱਥੇ ਇੱਕ ਮੁੰਡਾ ਲਾ ਗਿਆ ਤੂੰ। ਉਹ ਬਣਾ ਲਾ ਚਾਹ, ਅਗਰਬੱਤੀ ਤੇ ਰੱਖੀ ਆ, ਬਣ ਗਈ ਆ ਮਿੱਠੇ ਆ, ਲੈ ਫੜ ਚਾਹ ਲੈ। ਉਹ ਮੈਨੂੰ ਨਹੀਂ ਦੇਣੀ, ਮਾਲਕ ਗੁੱਸਾ ਕਰਕੇ ਚਲੇ ਗਿਆ, ਤੂੰ ਕਿਤੇ ਚਾਹ, ਉਹ ਕੋ ਪੂਰਾ ਹਿੱਲਿਆ ਹੋਲਿਆ ਕਰ, ਤੂੰ ਗੱਡਿਆ ਹੋਇਆ ਵਾ। ਉਹ ਮਾਲਕਾਂ ਨੇ ਪੀਤੀ ਆ, ਲੈ ਤੂੰ ਵੀ ਪੀ ਲੈ। ਆ ਚਾਹ ਪੀ ਕੇ ਹਿੱਲਦਾ ਹੀ ਤੇਰਾ ਪੋਣੀ, ਕਿਤੇ ਤੀਲਾ ਟੁੱਟ ਗਿਆ। ਚਾਹ ਪੀ ਕੇ ਆ ਹਕੀਮ ਦੇ ਥੋੜਾ ਮਾਰਦੇ ਯਾਰ, ਸਿਰ ਖਾਈ ਆ ਯਾਰ। ਆ ਭਾਂਡੇ ਵੀ ਚੁੱਕ ਲੈ, ਉਹ ਡਾਵਾ ਡੋਲ ਕਮਾਂਡੋ, ਭਾਂਡੇ ਵੀ ਚੱਕ ਲੈ। ਆ ਗਿਆ ਆ ਗਿਆ ਆ ਗਿਆ ਬਾਬਾ, ਛੋਕੀ ਬੇਵਾ ਹੁੰਦੀ, ਆ ਗਿਆ ਯਾਰ, ਚੱਲ ਜਾ। ਉੱਤੋਂ ਮੈਨੂੰ ਹਕੀਮ ਤੇ ਗੁੱਸਾ ਚੜਦਾ, ਇਹਦਾ ਕੈਸਾ ਗੁੰਡੇ ਦੀ ਸਮਾਇਲ ਵਰਗਾ ਮੂੰਹ ਆ, ਅੱਖਾਂ ਮੈਨੂੰ ਡਾਕੂ ਪੈ ਗਏ, ਉਹ ਤੇਰੇ ਕੋਲ ਹੈ ਕੀ ਆ? ਯਾਰ ਕਿਹੋ ਜਿਹੀਆਂ ਗੱਲਾਂ ਕਰਦੇ, ਮੈਂ ਹੈਰਾਨ ਆ ਚਾਚਾ। ਚਾਚੇ ਘਰ ਵੀ ਡਾਕੂ ਆਏ? ਅੱਛਾ, ਉਹਨੇ ਕੱਢਦੇ ਜੋ ਕੁਛ ਹੈਗਾ, ਇਹ ਉੱਥੋਂ ਪਾਣੀ ਕੱਢਣ ਲੱਗ ਪਿਆ। ਚਾਚੇ ਨੂੰ ਡਾਕੂਆਂ ਨੇ ਕਿਹਾ ਕੱਢਦੇ ਜੋ ਕੁਛ ਹੈਦਾ, ਚਾਚਾ ਉਲਟੀਆਂ ਕਰਨ ਲੱਗ ਪਿਆ। ਘਰ ਵੀ ਡਾਕੂ ਆ ਗਏ? ਅੱਛਾ, ਲੇਕਿਨ ਉਹ ਕਦੀ ਗਏ ਨਹੀਂ। ਓ ਨਹੀਂ, ਚਾਚੇ ਤਾਜ ਦੇ ਘਰ ਡਾਕੂ ਆਏ, ਉਹ ਕਹਿੰਦੇ ਕੱਢਦੇ ਜੋ ਕੁਛ ਹੈਗਾ ਵਾ, ਇਹਨੇ ਡਾਕੂ ਕੱਢਤੇ। ਇਹਦੇ ਘਰ ਦੋ ਤਿੰਨ ਵਾਰੀ ਚੋਰ ਆ ਗਏ ਤੇ ਉੱਤੇ ਮਿਸਤਰੀ ਲਵਾ ਤੇ, ਕਹਿੰਦੇ ਇਹਨਾਂ ਦੇ ਉੱਤੇ ਕਮਰੇ ਬਣਵਾ ਦਿਓ ਯਾਰ। ਯਾਰ ਕਾਲੂ ਘਰ ਡਾਕੂ ਆਏ, ਤੈਨੂੰ ਵੇਖਣ ਲਓ ਆਪਣੇ ਵਾਲੀ ਆ ਗਏ ਸੀ ਤਾਂ। ਆਓ ਕਿ ਉਹ ਵੈਲਕਮ ਵੀ ਬੜਾ ਅੱਛਾ ਕਰੀਦਾ ਸੀ। ਇਹਨਾਂ ਨੇ ਘਰ ਵੀ ਆ ਗਿਆ, ਉਹਨਾਂ ਕਿ ਤਿਜੋਰੀ ਕਿੱਥੇ, ਕਹਿੰਦਾ ਉਹਦੀ ਸ਼ਾਦੀ ਕਰਤੀ। ਆਹੋ ਤਿਜੋਰੀ ਦੇ ਦਿੱਤੀ ਸੀ, ਗਾਂ ਵੇਚਤੀ। ਹਾਂਜੀ ਪਤਨੀ, ਇਹਨੂੰ ਕਹਿੰਦੇ ਕੱਢਦੇ ਜੋ ਕੁਛ ਹੈਗਾ,
ਇਹ ਸਹੁਰਿਆਂ ਦੇ ਬਾਰੇ ਚ ਜਿਹੜੇ ਅਲਫਾਜ਼ ਹਨ ਸਾਰੇ ਕੱਢ ਦਿੰਦੇ, ਦਿਲ ਦਾ ਹਾਲ ਕੱਢ ਕੇ ਰੱਖਦਾ। ਹਕੀਮ ਸਾਹਿਬ ਡਾਕੂ ਇਹਨੂੰ ਕਹਿੰਦੇ ਕੱਢ ਦੇ ਜੋ ਓਏ। ਇਹਨਾਂ ਦੇ ਘਰ ਵੀ ਡਾਕੂ ਆਏ, ਉਹਨਾਂ ਨੇ ਇਹਦੇ ਵਾਲਾ ਸਾਹਿਬ ਨੂੰ ਕਿਹਾ ਕੱਢ ਦੇ ਜੋ ਵੀ ਹੈ ਵਾ, ਉਹਨੇ ਆਪਣੇ ਸਾਰੇ ਮੁੰਡੇ ਘਰੋਂ ਕੱਢ ਤੇ। ਨਹੀਂ ਇਹਦੇ ਘਰ ਡਾਕੂ ਆਇਆ, ਡਾਕੂ ਨੂੰ ਕਿਹਾ ਕੱਢ ਦੇ ਜੋ ਕੁਛ ਹੈਗਾ, ਇਹਨੇ ਭੈਣ ਭਰਾ ਦਿਲੋਂ ਕੱਢ ਤੇ। ਚਾਚੇ ਘਰ ਵੀ ਡਾਕੂ ਆਏ, ਉਹਨੇ ਕਿਹਾ ਕੱਢਦੇ ਜੋ ਕੁਛ ਹੈਗਾ, ਇਹਨੇ ਬੀੜ ਕੱਢ ਕੇ ਅੱਗੇ ਰੱਖਤਾ। ਹੈਲੋ ਜੀ, ਇਹਦੇ ਘਰ ਰੈਪਰ ਡਾਕੂ ਆਏ, ਉਹ ਇਹਨੂੰ ਆ ਕੇ ਕਾਲੂ ਨੂੰ ਕਹਿੰਦੇ ਕਾਲੂ ਤੇਰੇ ਕੋਲ ਜੋ ਕੁਛ ਵੀ ਹੈ ਬਈ ਕੱਢਦੇ। ਇੱਕ ਸਿੰਘਲ ਡਾਕੂ ਆ ਗਿਆ, ਉਹ ਕਹਿੰਦਾ ਮੈਂ ਕੱਢ ਮੇਰੇ ਮੱਖਣਾ। ਕਾਲੂ ਖਾਂ ਏਦਾਂ ਮੈਂ ਕਹਿੰਦਾ ਸੀ ਨਾ ਗੱਲਾਂ ਕਰਿਆ ਕਰ, ਫਿਰ ਅੱਗੇ ਆਉਂਦੀਆਂ। ਹਾਏ ਭਾਈ, ਚੋਰ ਦੇ ਘਰ ਚੋਰੀ ਕਰਕੇ ਜਾਣੇ ਕੋਈ ਇਤਰਾਜ਼ ਕਰਿਆ, ਆ ਦੇਖ ਲਓ ਖਾਧਾ ਕੁਛ ਨੀ ਤੁਸੀਂ। ਇਹਦੇ ਘਰ ਦੋ ਤਿੰਨ ਵਾਰੀ ਚੋਰ ਆ ਗਏ ਤੇ ਉੱਤੇ ਮਿਸਤਰੀ ਲਵਾ ਤੇ, ਕਹਿੰਦਾ ਇਹਨਾਂ ਦੇ ਉੱਤੇ ਕਮਰੇ ਬਣਵਾ ਦਿਓ ਯਾਰ। ਇਹਦੇ ਘਰ ਇੰਨੇ ਡਾਕੂ ਆਉਂਦੇ ਸੀ, ਬਾਹਰ ਬੈਨਰ ਲਿਖ ਲਿਆ ਆਨੇ ਵਾਲੇ ਡਾਕੂ ਕੋ ਖੁਸ਼ਾਮਦੀਦ ਕਹਿੰਦੇ। ਆ ਕਾਲ ਦੇ ਘਰੋਂ ਚੋਰ ਚੋਰੀ ਕਰਕੇ ਜਾਣੇ ਤੇ ਉਹਨੂੰ ਕਹਿੰਦਾ ਧਿਆਨ ਨਾਲ ਜਿਹੜਾ ਰਾਹ ਚੋਰੀਆਂ ਹੋਣ ਡੀਆਂ ਵਾ। ਨਹੀਂ ਧਿਆਨ ਨਾਲ ਜਿਹੜਾ ਰਸਤੇ 'ਚ ਕੋਈ ਸ਼ਰੀਫ ਆਦਮੀ ਨਾ ਪੈ ਜੇ। ਇਹਦੇ ਘਰ ਇੰਨੇ ਡਾਕੂ ਆਉਂਦੇ ਸੀ, ਇਹਨੂੰ ਕਿਸੇ ਦੇ ਵਿਆਹ ਦਾ ਕਾਰਡ ਆਉਂਦਾ, ਉੱਥੇ ਲਿਖਿਆ ਹੁੰਦਾ ਕਾਲੂ ਬੀਮਾ ਯਾਲ ਬੀਮਾ ਡਾਕੂ। ਇਹਦੇ ਘਰ ਚੋਰ ਚੋਰੀ ਕਰਕੇ ਜਾਣ ਲੱਗੇ ਤੇ ਤਾਂ ਬਜ਼ੁਰਗ ਕਹਿਣ ਡਿਆ ਬੱਚਾ ਲਾਇਆ ਹੁੰਦਾ ਜੀ ਤੁਹਾਨੂੰ। ਇਹਦੇ ਘਰ ਕੌਂਸਲਰ ਆਇਆ, ਕਹਿੰਦਾ ਜੀ ਤੁਸੀਂ ਪੰਜਾਂ ਜਾਣੇ ਨੇ ਵੋਟ ਮੈਨੂੰ ਦੇਣੇ ਆ ਤੇ ਡਾਕੂਆਂ ਦੇ ਵੀ ਇੱਧਰ ਹੀ ਪਵਾਉਣੇ ਆ। ਕੇਬਲ ਵਾਲਾ ਆ, ਕੇਬਲ ਦੀ ਕਿਸ਼ਤ ਲੈਣ ਤਾਂ ਉਹਨੂੰ ਕਹਿਣਾ ਡਾਕੂ ਦੇਗਾ ਜੀ। ਡਾਕੂ ਪੈ ਗਏ ਤੇ ਉਹ ਕਿਤੇ ਰਾਤ ਨੂੰ ਬਹਿਨ ਹੋਈ ਤੇ ਉਹਨਾਂ ਨੂੰ ਕਹੀ ਜਾਵੇ ਜਾ ਬਾਹਰ ਵੇਖ ਕੇ ਆ। ਆਹੋ ਫ੍ਰੈਂਕਨੈਸ ਹੋ ਗਈ ਯਾਰ, ਬਿੱਲੀ ਬਣ ਗਏ, ਖੱਜੜ ਬਣ ਗਏ। ਵਾਹ ਵਾਹ, ਘਰ ਇਹਨਾਂ ਨੇ ਉਹ ਮਸ਼ੀਨ ਲਵਾਈ ਸੀ ਜਿਹੜੀ ਦੁਬਈ ਹੋਟਲਾਂ 'ਚ ਨੀ ਹੁੰਦੀ ਕਾਰਡ ਲਾ, ਉਹ ਇੰਜ ਉਹ ਡਾਕੂ ਵਾਲੀ ਲਵਾਈ ਸੀ ਜਿੱਦਾਂ ਮਰਜ਼ੀ ਆਉਣ ਜਾ। ਇਹਦੇ ਘਰ ਚੋਰ ਹੈ, ਚੋਰ ਬੈਠ ਕੇ ਸੁੱਤੇ, ਚੋਰ ਇਹਨੂੰ ਕਹਿੰਦੇ ਆ ਛੱਤ ਤੇ ਕੋਈ ਚੋਰ ਫਿਰਨ ਡਏ ਆ। ਇਹਦੇ ਬੱਚੇ ਜਿਹੜੇ ਡਾਕੂਆਂ ਚ ਰਹਿ ਰਹੇ, ਤਬੀਅਤ ਓਦਾਂ ਦੀ ਹੋ ਗਈ, ਮਾਂ ਕੋਲ ਰੋਟੀ ਵੀ ਏਦਾਂ ਮੰਗਦੇ ਸੀ ਮਾਂ ਜੀ ਹੈਂਡਸ ਅਪ। ਉਹ ਯਾਰ ਇੰਨੇ ਕੈਜੂਅਲ ਹੋ ਗਏ ਡਾਕੂ, ਇਹਨਾਂ ਦੇ ਘਰ ਵੜਦੇ ਹੀ ਕਮੀਜ਼ਾਂ ਲਾ ਕੇ ਟੰਗਣ ਲੱਗ ਪਏ। ਡਾਕੂ ਪਾਣੀ ਪੀ ਕੇ ਬਹੁਤ ਬਿਸਤੀ ਕਰਦੇ ਬਾਅਦ ਚਾਹ ਪੀ ਕੇ। ਇਹਦੇ ਬੱਚਿਆਂ ਤੇ ਡਾਕੂ ਦਾ ਇੰਨਾ ਅਸਰ ਹੋ ਗਿਆ ਤੇ ਬੱਚੇ ਨੇ ਤਾਂ ਕੋਈ 10 ਰੁਪਏ ਲੈਣਾ ਸੀ ਉਸੇ ਸਕਣਾ ਕਰ ਦੇ ਜੋ ਕੁਛ ਨਹੀਂ। ਕੇਰੀ ਵਾਲੀ ਛੱਲੀ ਵਾਲੇ ਆਵਾਜ਼ ਲਾਉਂਦਾ ਸੀ ਨਾ ਕੇਸਟ ਲਾ ਕੇ, ਉਹਨੂੰ ਤਾਂ ਲੜੀ ਜਾਵੇ, ਉਹਨੇ ਕਹਿੰਦਾ ਬੰਦ ਕਰ ਸਾਡੇ ਡਾਕੂ ਸੁੱਤੇ ਅੰਦਰ ਰਾਤ ਲਈ ਡਾਕੂ ਖਾਤੇ। ਫਿਰ ਉਹ ਦਿਨ ਤੇ ਯਾਰ ਇਹਦੀ ਔਰਤ ਤੇ ਵੀ ਡਾਕੂ ਦਾ ਅਸਰ ਹੋ ਗਿਆ, ਇਹਦੀ ਬੇਗਮ ਨੇ ਫ੍ਰਿਜ ਚੋਂ ਕੋਲਾ ਚੁੱਕਣਾ ਸੀ, ਮਾਸਕ ਬੱਕ ਧਿਆਨ ਜਾਣ ਡਈ। ਪਰ ਯਾਰ ਇੰਨੀ ਇੰਨੇ ਆਦੀ ਹੋ ਗਏ ਡਾਕੂਆਂ ਦੇ ਕਿ ਡਾਕੂ ਘਰ ਖੜੇ ਆ ਤੇ ਇਹਦਾ ਸਕਾ ਮੁੰਡਾ ਇਹ ਅੰਦਰ ਆਇਆ ਤੇ ਡਾਕੂ ਨੂੰ ਇਹਦਾ ਮੁੰਡਾ ਕਹਿੰਦਾ ਸਰਦਾਰ ਹਮਲਾ। ਏਡਾ ਡਾਕੂਆਂ ਚ ਰਚ ਗਿਆ ਸੀ, ਆਪਣੇ ਮੁੰਡੇ ਦਾ ਨਾਂ ਸੋਹਣਾ ਅਰਸਲਾਨ ਰੱਖਿਆ, ਸਾਲ ਬਾਅਦ ਕਹਿੰਦਾ ਨਹੀਂ ਇਹਦਾ ਨਾਂ ਸ਼ਾਕਾ ਨਾ ਰੱਖ ਦਈਏ। ਯਾਰ ਡਾਕੂਆਂ ਦੇ ਇੱਥੇ ਬੜਾ ਅਸਰ ਹੋ ਗਿਆ, ਆਪਣੀ ਬੇਗਮ ਨੂੰ ਵਾਪਸ ਲੈਣ ਕੇ 100 ਰੁਪਏ ਵਰਦੇ ਕਹਿੰਦਾ ਚੁੱਕ ਲੋ। ਉਹਨੇ ਗੱਲ ਕੀਤੀ ਆ,
ਸਾਲਾ ਆ ਰਿਹਾ ਇਹਦੇ ਬੱਚਿਆਂ ਦਾ ਮਾਮਾ ਤੇ ਇਹਦਾ ਮੁੰਡਾ ਕਹਿੰਦਾ ਅੰਮੀ ਸਾਂਬਾ ਮਾਂ ਆਇਆ ਈ ਲੈ ਸਾਂਬਾ ਸਾਂਬਾ ਮਾਂ ਇਹਨੂੰ ਵੇਖ ਕੇ ਜਿਵੇਂ ਪੁਰਾਣੀਆਂ ਫਿਲਮਾਂ ਚ ਨਹੀਂ ਸੀ ਕਹਿੰਦੇ ਹਾਕੂ ਡਾਕੂ ਇਹਨੂੰ ਵੇਖ ਕੇ ਕਹਿੰਦੇ ਹਾਕੂ ਚਾਚੂ ਚਾਚੂ ਡਾਕੂ ਬਟਨ ਦਬਾਤਾ ਤੇ ਜਾ ਕੇ ਉਹਨੂੰ ਕਹਿੰਦਾ ਯਾਰ ਇੰਨੇ ਸਾਲ ਹੋ ਗਏ ਤੁਹਾਨੂੰ ਆਉਂਦਿਆਂ ਤੈਨੂੰ ਬਟਨਾਂ ਦੀ ਨੀ ਸਮਝ ਆਈ ਹੁਣ ਤੱਕ ਇਤਰਾਜ਼ ਕਰ ਰਿਹਾ ਡਾਕੂ ਇੰਜ ਕਰਕੇ ਬੜੇ ਉਹਨੂੰ ਕਹਿੰਦਾ ਲਓ ਯਾਰ ਹੁਣੇ ਵਿਹੜਾ ਧੋਤਾ ਸੀ ਤੁਸੀਂ ਇਹਨਾਂ ਦੇ ਘਰ ਪਰਾਉਣਾ ਹੁੰਦਾ ਤੇ ਜੇਬਾਂ ਪੁੱਠੀਆਂ ਕਰਕੇ ਆਉਂਦਾ ਕਹਿੰਦਾ ਉੱਥੇ ਜਾ ਕੇ ਡਾਕੂ ਨੂੰ ਮਿਲਣਾ ਇਹਨਾਂ ਘਰ ਇੱਕ ਦਿਨ ਬਾਬਾ ਦੇਰ ਬਾਅਦ ਡਾਕੂ ਆਏ ਤੇ ਅੱਗੋਂ ਉਹਨਾਂ ਲਾਡ ਕਰਨ ਦੇ ਕਹਿੰਦੇ ਹਾਲੇ ਵੀ ਨੀ ਸੀ ਆਉਣਾ ਦੱਸ ਉਹ ਕੁਛ ਸ਼ਰਮਿੰਦਾ ਕਹਿ ਰਹੇ ਹੋ ਕੋਈ ਗੱਲ ਨੀ ਜ਼ਰਾ ਕਿਤੇ ਕੰਮ ਪੈ ਗਿਆ ਸੀ ਇਹਨਾਂ ਦਾ ਮਾਸ਼ਾ ਅੱਲਾ ਇੱਕ ਬੱਚਾ ਵਕੀਲ ਬਣ ਗਿਆ ਸੀ ਬਾਅਦ ਚ ਉਹਨੂੰ ਐਡਵੋਕੇਟ ਕੇਤ ਕਹਿੰਦੇ ਸੀ ਘਰ ਡਾਕੂ ਬੈਠੇ ਬੱਚੇ ਨੋਟੀ ਲੈਣ ਮੈਂ ਕਹਿੰਦਾ ਵੀ ਦੋ ਸਾਡੀਆਂ ਦੋ ਇਹਦੀਆਂ ਦੋ ਇਹਦੀਆਂ ਬਾਕੀ ਭਾਜੀ ਡਾਕੂਆਂ ਨੂੰ ਵੀ ਪੁੱਛ ਲੈ ਕਿੰਨੀਆਂ ਕਿੰਨੀਆਂ ਖਾਣੀਆਂ ਇਹਨਾਂ ਘਰ ਬੱਚੇ ਦੇ ਸਾਲਗਿਰਾ ਕੀਤੀ ਕੇਕ ਕੱਟਣ ਲੱਗੇ ਕਹਿੰਦੇ ਛੁਰੀ ਲਿਆਓ ਡਾਕੂ ਕਹਿੰਦਾ ਪਿੱਛੇ ਮੈਂ ਉਦਾਂ ਹੀ ਮਾਰ ਦਿੰਦਾ ਡਾਪ ਹਕੀਮ ਸਾਹਿਬ ਫਿਰ ਡਾਕੂ ਪੈ ਗਏ ਇਹਨਾਂ ਦੇ ਘਰ ਉਹਨਾਂ ਦੇ ਨੰਬਰ ਤੋਂ ਫੋਨ ਕਰ ਕਰਕੇ ਉਹਨਾਂ ਦਾ ਪੈਕੇਜ ਮੁਕਾਇਆ ਡਾਕੂ ਨੂੰ ਕਹਿਣ ਡਿਆ ਮੈਂ ਜ਼ਰਾ ਟੂਰ ਤੇ ਜਾਣਾ ਸੀ ਤੁਹਾਡੀ ਜੁੱਤੀ ਪੈ ਜਾ ਔਰ ਡਾਕੂ ਦਾ ਬੂਹਾ ਕਿਸੇ ਨੇ ਗੇੜੇ ਲਾਉਣ ਡਿਆ ਮੈਂ ਕਿਹਾ ਡਾਕੂ ਪਾਸ਼ਾ ਪਰੇਸ਼ਾਨ ਲੱਗ ਰਿਹਾ ਕਹਿੰਦਾ ਯਾਰ ਕਾਲੂ ਪਾਲ ਦਾ ਯਾਮਾ ਲੈ ਕੇ ਹਾਲ ਤੱਕ ਆਇਆ ਨੀ ਦਾਦਾ ਜੀ ਦੀ ਵੱਡੀ ਇਹਨਾਂ ਦੇ ਬੈਡਰੂਮ ਤਸਵੀਰ ਲੱਗੀ ਸੀ ਉਹ ਲਾ ਕੇ ਮੇਲਾ ਫਿਲਮ ਵਾਲੇ ਗੁੱਜਰ ਦੀ ਲਾਈ ਯਾਰ ਕਾਲੂ ਖਾ ਇੱਥੇ ਆ ਕੇ ਗੱਲ ਓਹੋ ਯਾਰ ਹੈਰਾਨ ਕੀ ਹੈ ਵੀ ਤੁਹਾਡੇ ਤੇ ਨਹੀਂ ਨਾ ਕਿਸੇ ਤੇ ਡਾਕੂ ਆਪਣੇ ਨਹੀਂ ਖੜੀਦੇ ਹੁੰਦੇ ਫਿਰ ਆ ਜਾ ਮੈਂ ਜੋ ਉਦੋਂ ਤਾਂ ਡਾਕੂ ਨਾਲ ਭਿੜਨ ਡਿਆ ਸੀ ਮੈਂ ਤਰ ਕੀਤਾ ਸੀ ਮਰ ਗਏ ਸੀ ਐਵੇਂ ਵਿੱਚ ਲਾਤੜਾ ਤੀ ਤੂੰ ਯਾਰ ਇਹਦਾ ਆਪਾਂ ਮਾੜਾ ਜਿਹਾ ਹੱਸਿਆ ਕਰਦਾ ਲਾ ਵੀ ਮੰਗੈਂਬੋ ਖੁਸ਼ ਹੋ ਗਿਆ ਮੰਗੈਂਬੋ ਇਹਦਾ ਦਾਦਾ ਫੁੱਲ ਬਿਮਾਰ ਡਾਕੂ ਨੂੰ ਫੋਨ ਕਰਕੇ ਕਹਿੰਦਾ ਹੋਏ ਆਇਓ ਉਦੋਂ ਆਓਗੇ ਜਦੋਂ ਮੈਂ ਮਰ ਗਿਆ ਹਾਂ ਮੁੰਡੇ ਦੇ ਵਿਆਹ ਦਾ ਕਾਰਡ ਛਪਾਇਆ ਉੱਤੇ ਲਿਖਿਆ ਦੁੱਖ ਦਰਦ ਕੇ ਦੁੱਖ ਦਰਦ ਕੇ ਬਿਮਾਰ ਹੋ ਗਿਆ ਦਾਦੇ ਨੂੰ ਖੂਨ ਲੱਗਣਾ ਸੀ ਕਿਸੇ ਦਿਨ ਇਕਦਮ ਪਕਾ ਦੀ ਕਹਿੰਦਾ ਡਾਕੂ ਚਾਚੂ ਦਾ ਮੈਚ ਹੋ ਗਿਆ ਡਾਕੂ ਚਾਚੂ ਦਾ ਮੈਚ ਹੋ ਗਿਆ ਨੀ ਹਕੀਮਾ ਜਾਤੀ ਕਰ ਰਹੇ ਬੱਚੇ ਇਹਨਾਂ ਦੀ ਫੁੱਫੀ ਆ ਬੜੇ ਸ਼ੌਕ ਨਾਲ ਗਾਣਾ ਸੁਣਦੀ ਹੈ ਵੇ ਮੈਂ ਲੁੱਟੀ ਗਈ ਚਲੀਏ ਯਾਰ ਦੁਕਾਨ ਬੰਦ ਨਹੀਂ ਯਾਰ ਕਰੇ ਫੋਨ ਆਉਣ ਦਿਆ ਡਾਕੂ ਆਏ ਆ ਆਹੋ ਤੇ ਹੁਣ ਇਹੀ ਕਹਿਣਾ ਮੈਂ ਓ ਜਾਂਦਾ ਫੜ ਲੈ ਜੀਏ ਕਿਰਾਏ ਤੇ ਰਹਿੰਦੇ ਸੀ ਤੇ ਇੰਨੇ ਡਾਕੂ ਆਉਂਦੇ ਸੀ ਮਹੀਨੇ ਬਾਅਦ ਉਹਨੂੰ ਫੋਨ ਕਰ ਰਿਹਾ ਭਾਜੀ 9000 ਕਿਰਾਇਆ 4.5 ਤੁਸੀਂ ਦੇਣਾ ਡਾਕੂ ਮਾੜੇ ਮਾੜੇ ਬਾਹਰ ਫਿਰਦੇ ਤੇ ਉਹਨੂੰ ਕਹਿੰਦਾ ਚੱਕਾ ਨਾ ਆ ਜਾ ਬਾਜੂ ਉਹਨਾਂ ਦਾ ਕਿਤੇ ਹੋਰ ਪ੍ਰੋਗਰਾਮ ਸੀ ਧੱਕੇ ਨੇ ਲਾਇਆ ਉਹਨਾਂ ਨੂੰ ਪਲਾਟ 'ਚ ਸਾਰੇ ਡਾਕੂਆਂ ਨੂੰ ਪਾਇਆ ਤੇ ਨਾਲੇ ਉੱਥੇ ਥੋੜਾ ਘਾਹ ਗਾਇਆ ਮੈਂ ਕਿਹਾ ਇਹ ਕੀ ਕਹਿੰਦਾ ਯਾਰ ਬਸ ਇੱਥੇ ਡਕੈਤੀ ਬਾੜੀ ਕਰੀਦੀ ਲੈ ਵੀ ਕੀਮਾ ਮੈਂ ਕਹਿੰਦਾ ਜਾਨੀ ਖਾਂ ਬਹਿ ਜਾਂਦੇ ਵਾਹਵਾ ਸ਼ੁਗਲ ਉਦੋਂ ਤਾਂ ਰੁਕਿਆ ਸੀ ਓਏ ਤੇਰੇ ਡਾਕੂ ਫਿਕੇ ਰਹੇ ਆ ਉਹਦੇ ਡਾਕੂ ਬਹੁਤ ਅੱਛੇ ਸੀਗੇ ਇਹਦੀਆਂ ਭਰਜਾਈਆਂ ਕਹਿੰਦੀਆਂ ਲਓ ਜੀ ਰਾਤੀ ਅਸੀਂ ਇੱਕ ਫੰਕਸ਼ਨ ਤੇ ਗਏ ਉੱਥੇ ਮੇਰੇ ਸਾਰੇ ਮਾਸ਼ਾਅੱਲਾ ਜਿਹੜੇ ਓੜੇ ਦਿਓਰ ਜਗੇਟ ਕੱਠੇ ਹੋਏ ਸਾਰੇ ਲੇਟ ਪਹੁੰਚਿਆ ਤਾਂ ਕਹਿੰਦਾ ਲਓ ਜਗੇਟ ਸਵੇਰ
ਇਹਨਾਂ ਦੇ ਵਿਆਹ ਤੇ ਮਾਈਆਂ ਗਾਣੇ ਗਾਉਂਦੀਆਂ ਸੀ, ਮਹਿੰਦੀ ਤਾਂ ਸੱਜਦੀ ਜੇ ਨੱਚੇ ਪਿਓ ਦਾ ਡਕੇਤ। ਲੈ ਬਈ ਕੀਮਾ, ਲੈ ਬਈ ਜਾਨੀ ਖਾਂ, ਲੈ ਬਈ ਕੀਮਾ, ਹਾਂ ਨਹੀਂ ਮਾਂ ਬੰਦ ਕਰੋ ਮਾਰਕੀਟ, ਪੈਸੇ ਪੂਹੇ ਵੱਟ ਲਏ ਆ। ਹਾਂਜੀ ਹਾਂਜੀ, ਮੇਰੇ ਕੋਲ 10 ਰੁਪਏ ਸੀ, ਮੈਂ ਵੱਟ ਲਏ ਇੰਜ ਕਰਕੇ। ਠੀਕ ਆ ਫਿਰ, ਕਿ ਚੀਜ਼ ਵੀ ਵੱਟ ਲਾ, ਮੁੱਛਾਂ ਵੀ ਵੱਟ ਲਓ ਯਾਦ। ਆਹੋ